ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਦਰਸ਼ਕਾਂ ਦਾ ਆਪ ਜੀ ਦਾ ਗੁਰਪ੍ਰੀਤ ਸਿੰਘ ਪੂਰੀ ਸਵਾਗਤ ਕਰਦਾ। ਤੇ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਇਲੈਕਸ਼ਨ ਦਾ ਜੋ ਦੌਰ ਚੱਲ ਰਿਹਾ ਹੈਗਾ, ਜੋ ਮਾਹੌਲ ਚੱਲ ਰਿਹਾ ਹੈਗਾ, ਔਰ ਉਸ ਦੇ ਵਿੱਚ ਲਗਾਤਾਰ ਐਗਜ਼ਿਟ ਪੋਲਸ ਜਿਹੜੇ ਹੈਗੇ ਉਹ ਉਹਨਾਂ ਦੀ ਗੱਲਾਂ ਹੋ ਰਹੀਆਂ। ਔਰ ਪਿਛਲੇ ਸਾਲ ਦੀ ਜੇ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਪਿਛਲੇ ਸਾਲ ਵੀ ਜੋ ਹੈਗਾ 335 ਤੋਂ ਵੱਧ ਸੀਟਾਂ BJP ਜਿਹੜੀ ਹੈਗੀ ਲੈ ਕੇ ਗਈ ਸੀ, ਔਰ ਕਾਂਗਰਸ ਨੂੰ ਤਕਰੀਬਨ ਜਿਹੜੀ ਹੈਗੀ 59 ਸੀਟਾਂ ਜੋ ਮਿਲੀਆਂ ਸੀਗੀਆਂ। ਐਤਕੀ ਫਿਰ ਜੋ ਐਗਜ਼ਿਟ ਪੋਲਸ ਆ ਗਏ ਨੇ ਔਰ ਅਲੱਗ ਕੰਪਨੀ ਜੋ ਅਲੱਗ ਅਲੱਗ ਡੇਟਾ ਸ਼ੋਅ ਕਰ ਰਹੀ ਹੈ, ਉਸ ਤੋਂ ਇਲਾਵਾ ਆਪਾਂ ਦਿਖਾ ਦਈਏ ਕਿ ਨਿਊਜ਼ ਏਟ ਇੰਡੀਆ ਜੋ ਕਿ BJP ਨੇ 336 ਸੀਟਾਂ ਅਤੇ 82 ਕਾਂਗਰਸ ਨੂੰ ਦਿੰਦੀ ਹੈ, ਟਾਈਮਸ ਨਾਓ 306 BJP ਨੂੰ ਦਿੰਦੀ ਹੈ, ਹੋਰ 132 ਜਿਹੜੀ ਹੈਗੀ ਉਹ ਕਾਂਗਰਸ ਨੂੰ ਦਿੰਦੀ ਹੈ, ਭਾਰਤ ਰਿਪਬਲਿਕ ਭਾਰਤ ਜਨ ਕੀ ਬਾਤ 305 ਸੀਟਾਂ ਜਿਹੜੀ ਹੈਗੀ ਹੈ NDA ਨੂੰ ਦਿੰਦੀ ਹੈਗੀ ਹੈ 305 ਸੀਟਾਂ, ਔਰ 128 ਸੀਟਾਂ ਦਿੰਦੀ ਹੈ ਕਾਂਗਰਸ ਨੂੰ, ਆਜ ਤੱਕ ਦਿੰਦੀ ਹੈਗੀ NDA ਨੂੰ 339 ਤੋਂ 365, ਔਰ UPA ਨੂੰ ਦਿੰਦੀ ਹੈਗੀ ਹੈ 77 ਤੋਂ 108 ਸੀਟਾਂ, ਔਰ ਉਸ ਤੋਂ ਇਲਾਵਾ ਰਿਪਬਲਿਕ ਸੀ ਵੋਟਰ ਜਿਹੜਾ ਹੈਗਾ ਉਹ 287 ਸੀਟਾਂ ਦਿੰਦੀ ਹੈਗੀ NDA ਨੂੰ, ਔਰ ਉਸ ਤੋਂ ਇਲਾਵਾ ਕਾਂਗਰਸ ਨੂੰ ਦਿੰਦੀ 124 ਸੀਟਾਂ, ਔਰ ਨਿਊਜ਼ ਨੇਸ਼ਨ 282 ਅਤੇ 290 ਸੀਟਾਂ ਦਿੰਦੀ NDA ਨੂੰ, ਔਰ 118 ਤੋਂ 126 ਸੀਟਾਂ ਜਿਹੜੀ ਹੈਗੀ ਆ ਉਹ ਦਿੰਦੀ ਹੈਗੀ ਆ ਕਾਂਗਰਸ ਨੂੰ UPA ਗੌਰਮੈਂਟ ਨੂੰ, ਔਰ ਟੂਡੇਜ਼ ਚਣਕਿਆ ਜਿਹੜਾ ਹੈਗਾ ਉਹ ਦੇ ਰਿਹਾ ਹੈਗਾ 350 ਸੀਟਾਂ NDA ਨੂੰ, ਔਰ 95 ਸੀਟਾਂ ਦੇ ਰਿਹਾ ਹੈਗਾ ਕਾਂਗਰਸ ਨੂੰ। ਇਹ ਜੋ ਲਗਾਤਾਰ ਜਿਹੜੇ ਐਗਜ਼ਿਟ ਪੋਲਸ ਜਿਹੜੇ ਹੈਗੇ ਆ ਇਹਨਾਂ ਨੂੰ ਤੁਹਾਨੂੰ ਦੱਸ ਰਿਹਾ, ਔਰ ਅਲੱਗ ਅਲੱਗ ਕੰਪਨੀਆਂ ਦੇ ਅਲੱਗ ਅਲੱਗ ਸਰਵੇਸ ਹੈਗੇ ਨੇ, ਐਗਜ਼ਿਟ ਪੋਲਸ ਕਿੰਨੇ ਖਰੇ ਉਤਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਔਰ ਉਸ ਤੋਂ ਇਲਾਵਾ ਜਿਹੜਾ ਇਸੇ ਮੁੱਦੇ 'ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਇੱਕ ਪੈਨਲ ਜਿਹੜਾ ਮੌਜੂਦ ਹੈਗਾ, ਤੁਹਾਨੂੰ ਅਸੀਂ ਦੱਸ ਦਈਏ ਕਿ ਤੁਸੀਂ ਜਲਦੀ ਇਹ ਸਾਰਾ ਪ੍ਰੋਗਰਾਮ ਅਕਾਲ ਚੈਨਲ ਦੇ ਫੇਸਬੁੱਕ 'ਤੇ ਵੀ ਪੇਜ ਤੇ ਚੱਲਦਾ ਪਿਆ ਹੈਗਾ, ਫੇਸਬੁੱਕ ਪੇਜ ਤੇ ਵੀ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ, ਅਕਾਲ ਚੈਨਲ AKAAL NEL, ਉਹ ਤੇ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਵ ਵੀ ਦੇਖ ਰਹੇ ਹੈਗੇ ਔਰ ਤੁਸੀਂ ਸ਼ੇਅਰ ਵੀ ਕਰ ਸਕਦੇ ਹੈਗੇ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਨਿਰਪੱਖ ਜਿਹੜਾ ਹੈਗਾ ਡਿਸਕਸ਼ਨ ਕਰੀਏ ਕੋਈ ਅਸੀਂ ਗੱਲ ਨਾ ਰਹੇ। ਇਸੇ ਕਰਕੇ ਤਿੰਨਾਂ ਪਾਰਟੀਆਂ ਦੇ ਜਿਹੜੇ ਅਸੀਂ ਨੁਮਾਇੰਦੇ ਜਿਹੜੇ ਇਸ ਦੇ ਇਸ ਪੈਨਲ ਦੇ ਵਿੱਚ ਜੋ ਕਿ ਇਹਨਾਂ ਨਾਲ ਗੱਲਬਾਤ ਕਰਾਂਗੇ, ਸਾਡੇ ਨਾਲ ਸੁਰਿੰਦਰ ਸ਼ਰਮਾ ਜੀ ਮੌਜੂਦ ਨੇ ਕਾਂਗਰਸ ਪਾਰਟੀ ਤੋਂ ਜੋ ਕਿ ਨਿਗਮ ਪਾਰਸ਼ਦ ਵੀ ਰਹਿ ਚੁੱਕੇ ਨੇ ਗਾਂਧੀਨਗਰ ਸੀਟ ਤੋਂ, ਔਰ ਉਸ ਤੋਂ ਇਲਾਵਾ MLA ਕੈਂਡੀਡੇਟ ਵੀ ਰਹੇ ਸੀਗੇ, ਔਰ ਉਸ ਤੋਂ ਇਲਾਵਾ ਸੈਕਿੰਡ ਨੰਬਰ ਤੇ ਸਾਡੇ ਨਾਲ ਮੁਕੇਸ਼ ਸਵਾਮੀ ਜੀ ਹੈਗੇ ਨੇ ਜੋ ਕਿ BJP ਦੇ BJP ਪਾਰਟੀ ਤੋਂ ਬਿਲੋਂਗ ਕਰਦੇ ਨੇ, ਹੋਰ ਵੱਡਾ ਰਸੂਖ ਰੱਖਦੇ ਨੇ ਪਾਰਟੀ ਦੇ ਵਿੱਚ, ਡਿਸਟ੍ਰਿਕਟ ਲੈਵਲ ਤੇ ਅਹੁਦੇ ਉਹਨਾਂ ਕੋਲ ਕਾਫੀ ਹੈਗੇ ਨੇ, ਔਰ ਅਜੇ ਮੱਕੜ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਹੈਗੇ ਨੇ ਉਹ ਸਾਡੇ ਨਾਲ ਇਸ ਪੈਨਲ ਦੇ ਵਿੱਚ ਮੌਜੂਦ ਹੈਗੇ ਨੇ। ਪਹਿਲੇ ਜੀ ਸਾਰਿਆਂ ਦਾ ਮੈਂ ਸਵਾਗਤ ਕਰਦਾ ਜੀ, ਅਕਾਲ ਚੈਨਲ ਦੇ ਸਟੂਡੀਓ ਤੁਸੀਂ ਆਏ ਹੋ, ਹੋਰ ਜੋ ਕਿ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਨ ਵਾਸਤੇ ਅਸੀਂ ਕਰ ਰਹੇ ਹਾਂ, ਤੁਹਾਨੂੰ ਕੀ ਲੱਗਦਾ ਸਭ ਤੋਂ ਪਹਿਲੇ ਅਸੀਂ ਸ਼ੁਰੂਆਤ ਕਰਾਂਗੇ ਸੁਰਿੰਦਰ ਸ਼ਰਮਾ ਜੀ ਕਾਂਗਰਸ ਤੋਂ ਜੋ ਸਾਡੇ ਨਾਲ ਲੱਗੇ ਨੇ, ਸੁਰਿੰਦਰ ਸ਼ਰਮਾ ਜੀ ਕੀ ਲੱਗਦਾ ਹੈਗਾ ਕਿੰਨੇ ਖਰੇ ਐਗਜ਼ਿਟ ਪੋਲ ਹੋਣਗੇ, ਕਿਉਂਕਿ ਐਗਜ਼ਿਟ ਪੋਲ ਦੇ ਵਿੱਚ ਲਗਾਤਾਰ ਜਿਹੜੀ ਹੈਗੀ BJP ਨੂੰ ਔਰ NDA ਗੌਰਮੈਂਟ ਜਿਹੜੀ ਹੈਗੀ ਉਹਨੂੰ ਲਗਾਤਾਰ ਅੱਗੇ ਵਾਧਾ ਦਿੱਤਾ ਜਾ ਰਿਹਾ, ਔਰ ਇਹ ਤੱਕ ਕਿਹਾ ਜਾ ਰਿਹਾ ਕਿ ਸ਼ਾਇਦ ਜਿਹੜਾ ਹੈਗਾ ਕਿ ਪਿਛਲੀ ਵਾਰੀ ਜੋ ਸੀਟਾਂ 335 ਆ ਰਹੀਆਂ ਸੀ ਉਸ ਤੋਂ ਵੱਧ ਹੀ ਸੀਟਾਂ ਆਉਣਗੀਆਂ, ਔਰ ਮੋਦੀ ਗੌਰਮੈਂਟ ਵੀ ਇਸ ਚੀਜ਼ ਦਾ ਦਾਅਵਾ ਕਰ ਰਹੀ ਹੈ, ਔਰ ਕਾਂਗਰਸ ਦੀ ਫਿਰ ਜਿਹੜੀ ਹੈਗੀ ਵਾਪਸੀ ਦੀ ਉਮੀਦ ਕੀਤੀ ਜਾ ਰਹੀ ਸੀਗੀ, ਪਿਛਲੀ ਵਾਰੀ 59 ਸੀਟਾਂ ਮਿਲੀਆਂ ਸੀਗੀਆਂ, ਪਰ ਕੋਈ ਵੀ ਪੋਲ ਏਜੰਸੀ 80 ਤੋਂ ਘੱਟ ਸੀਟਾਂ ਹਜੇ ਵੀ ਜਿਹੜਾ ਹੈਗਾ ਕਾਂਗਰਸ ਨੂੰ ਨਹੀਂ ਦੇ ਰਹੀ, ਤੁਸੀਂ ਕੀ ਕਹਿੰਦੇ ਹੋ? ਨਹੀਂ, ਮੇਰਾ ਇਹ ਕਹਿਣਾ ਹੈ ਕਿ ਹਾਲੇ ਜਿਹੜੇ ਐਗਜ਼ਿਟ ਪੋਲ ਨੇ ਇਹ ਪੂਰੀ ਤਰ੍ਹਾਂ ਹਾਲੇ ਮਤਲਬ ਜਿਹੜਾ 2 ਦਿਨ ਬਾਅਦ ਕਲੀਅਰ ਹੋ ਜਾਣਗੇ 23 ਤਰੀਕ ਨੂੰ ਜਦ ਹੋਏਗਾ। ਉਸ ਦੇ ਇਲਾਵਾ ਵੀ ਜਿਸ ਤਰ੍ਹਾਂ ਦਾ ਮੰਨ ਲਓ BJP ਨੇ ਕੰਮ ਕੀਤਾ ਸਾਰੇ ਦੇਸ਼ ਦੇ ਅੰਦਰ, ਜਿਸ ਤਰ੍ਹਾਂ ਦਾ ਕਿਸਾਨ ਹੈ ਉਹ ਤਰਸ ਰਿਹਾ ਹੈ, ਯੂਥ ਹੈ ਉਹ ਵਿਚਾਰਾ ਪਰੇਸ਼ਾਨ ਰਿਹਾ ਹੈ, ਵਪਾਰੀ ਹੈ ਉਹਨੂੰ ਰੁਜ਼ਗਾਰ ਹੁੰਦਾ ਚਲਾ ਗਿਆ ਹੈ, ਨੋਟਬੰਦੀ ਗੱਬਰ ਸਿੰਘ ਟੈਕਸ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਆਈਆਂ ਨੇ, ਅਤੇ ਮੈਂ ਨਹੀਂ ਸਮਝਦਾ ਕਿ ਪਬਲਿਕ ਜਿਹੜਾ ਉਹ BJP ਨੂੰ ਇੰਨਾ ਜਿਹੜਾ ਬਹੁਮਤ ਦੇਗੀ। ਬਾਕੀ ਫਿਰ ਵੀ ਜੋ ਵੀ ਪਬਲਿਕ ਦਾ ਉਹਦਾ ਰਿਜ਼ਲਟ ਆਏਗਾ ਉਹ ਆਏਗਾ ਉਹ ਸਿਰ ਮੱਥੇ ਦੇਵੇ, 23 ਤਰੀਕ ਨੂੰ ਦੇਖਿਆ ਜਾਏਗਾ, ਪਰ ਜਿਸ ਤਰ੍ਹਾਂ ਦੀ ਚੈਨਲ ਜਿਹੜੇ ਨੇ ਉਹ ਅਨਾਊਂਸ ਕਰ ਰਹੇ ਨੇ ਉਸ ਤਰ੍ਹਾਂ ਰਿਜ਼ਲਟ ਨਹੀਂ ਆਏਗਾ, ਕਾਂਗਰਸ ਬਿਹਤਰ ਕਰੇਗੀ, ਇਹ ਮੇਰਾ ਕਹਿਣਾ। ਠੀਕ ਹੈ, ਮੁਕੇਸ਼ ਸਵਾਮੀ ਜੀ BJP ਤੋਂ ਤੁਸੀਂ ਬਿਲੋਂਗ ਕਰਦੇ ਹੋ, ਤੁਹਾਨੂੰ ਕੀ ਲੱਗਦਾ ਹੈਗਾ ਕਿ ਤੁਸੀਂ ਸਹਿਮਤ ਹੋ ਜੋ ਕਿ ਸੁਰਿੰਦਰ ਸ਼ਰਮਾ ਜੀ ਨੇ ਗੱਲ ਕਹੀ ਹੈ? ਦੇਖੋ ਜੀ, ਜਿੱਥੇ ਤੱਕ ਸੁਰਿੰਦਰ ਸ਼ਰਮਾ ਜੀ ਦੀ ਗੱਲ ਹੈ ਕਿ ਇਹਨਾਂ ਨੇ ਵਿਪਕਸ਼ 'ਚ ਰਹਿਣ ਦੇ ਬਾਅਦ ਕੁਛ ਨਾ ਕੁਛ ਤਾਂ ਕਹਿਣਾ ਹੀ ਹੈ ਕਿ ਐਗਜ਼ਿਟ ਪੋਲ ਸਹੀ ਨਹੀਂ ਹੈਗਾ, ਕਿਸਾਨ ਪਰੇਸ਼ਾਨ ਹੈਗੇ ਸੀ। ਹੁਣ ਤੁਸੀਂ ਅੱਜ ਜਿਹੜੀ ਵੀ ਕੰਪਨੀ ਹੈ ਉਹਨਾਂ ਦਾ ਐਗਜ਼ਿਟ ਪੋਲ ਆਪ ਅਗਰ ਦੇਖੋ, ਅਗਰ ਕਿਸਾਨ ਮਜਬੂਰ ਹੁੰਦਾ ਨੋਟਬੰਦੀ ਨਾਲੋਂ, ਅਗਰ ਵਪਾਰੀ ਪਰੇਸ਼ਾਨ ਹੁੰਦਾ, ਪਬਲਿਕ ਪਰੇਸ਼ਾਨ ਹੁੰਦੀ, ਤਾਂ ਤੁਸੀਂ ਐਗਜ਼ਿਟ ਪੋਲ ਵੇਖੋ ਕਿੰਨੀ ਸੀਟਾਂ ਸਾਰੇ ਦੱਸਦੇ ਪਏ ਹੈ। ਔਰ ਮੈਂ ਸਮਝਦਾ ਜਿਹਨੂੰ ਪਹਿਲਾਂ ਜਿੰਨੀ ਸੀਟਾਂ ਆਈਆਂ ਸੀਆਂ ਉਸ ਤੋਂ ਵੱਧ ਸੀਟਾਂ ਆਉਣ ਦੀ ਉਮੀਦ ਹੈ BJP ਨੂੰ, ਕਿਉਂਕਿ BJP ਨੇ ਕੰਮ ਕੀਤਾ, ਪਬਲਿਕ ਦਾ ਕੰਮ ਕੀਤਾ, ਪਬਲਿਕ ਨੂੰ ਵੀ ਸਮਝ ਆ ਰਿਹਾ। ਪਬਲਿਕ ਨੇ ਟੋਟਲੀ 72,000 ਰੁਪਏ ਨੂੰ ਨਕਾਰਿਆ, ਟੋਟਲ ਉਹਨੂੰ ਬੇਕਾਰ ਕਰਾਰ ਦਿੱਤਾ, ਤੇ ਮੋਦੀ ਸਰਕਾਰ ਇਸ ਭਾਰਤ ਬਣੇਗੀ
ਤੇ ਬੜੇ ਜ਼ੋਰ ਸ਼ੋਰ ਔਰ ਦਮਖਮ ਨਾਲ ਭਾਰਤੀ ਜਨਤਾ ਪਾਰਟੀ 23 ਤਰੀਕ ਨੂੰ ਆਉਣ ਵਾਲੀ ਹੈ ਲਾਲ ਕਿਲ੍ਹੇ ਤੇ ਫਿਰ ਭਾਰਤੀ ਜਨਤਾ ਪਾਰਟੀ ਦਾ ਝੰਡਾ ਮੋਦੀ ਜੀ ਰਾਸ਼ਟਰੀ ਧਵਜ ਉੱਥੇ ਲਹਿਰਾਉਣਗੇ ਸਾਨੂੰ ਉਮੀਦ ਹੈ 23 ਤਰੀਕ ਦੀ ਨਹੀਂ ਜੀ ਬਿਲਕੁਲ ਜੋ ਕਿ ਭਾਰਤੀ ਜਨਤਾ ਪਾਰਟੀ ਦਾ ਜੋ ਤੇ ਨਹੀਂ ਤਿਰੰਗਾ ਜ਼ਰੂਰ ਹੋ ਸਕਦਾ ਮੋਦੀ ਜੀ ਜ਼ਰੂਰ ਹੋ ਸਕਦਾ ਕਿ ਮੋਦੀ ਜੀ ਆ ਜਾਣ ਪਰ ਇਹ ਕਿੰਨੇ ਕੁ ਸੱਚਾਈ ਹੈ ਮੋਦੀ ਜੀ ਆਉਣਗੇ ਕਿ ਨਹੀਂ ਆਉਣਗੇ ਤੇ 23 ਤਰੀਕ ਦੱਸੇਗੀ ਹਜੇ ਤੋਂ ਇਸ ਕਰਕੇ ਜਲਦਬਾਜ਼ੀ ਜਿਹੜੀ ਹੈਗੀ ਕਰਨੀ ਮੈਨੂੰ ਲੱਗਦਾ ਠੀਕ ਨਹੀਂ ਹੈਗੀ ਸਾਨੂੰ ਕੌਨਫੀਡੈਂਸ ਹੈ ਜੀ ਇਸ ਆਦਿ ਸੀ ਕੰਮ ਕੀਤਾ ਹੈ ਸਾਨੂੰ ਕੌਨਫੀਡੈਂਸ ਹੈ ਪੂਰਾ ਬਿਲਕੁਲ ਬਿਲਕੁਲ ਪਰ ਇੱਥੇ ਮੈਂ ਦੱਸਦਾ ਕਿ ਕਈ ਐਸੀ ਐਗਜ਼ਿਟ ਪੋਲ ਏਜੰਸੀਆਂ ਵੀ ਹੈਗੀ ਜੋ ਕਿ ਕਾਂਗਰਸ ਨੂੰ ਜਿਹੜੀ ਹੈਗੀ ਅੱਗੇ ਵਾਧੀ ਜਿਹੜੀ ਹੈਗੀ ਨਹੀਂ ਦੱਸ ਰਹੀ ਜਿਸ ਤਰ੍ਹਾਂ ਕਿ ਹੁਣੇ ਹੀ ਮੈਨੂੰ ਇੱਕ ਜਰਨਲਿਸਟ ਸੀਨੀਅਰ ਜਰਨਲਿਸਟ ਨੇ ਉਹ ਸੀਨੀਅਰ ਜਰਨਲਿਸਟ ਉਹਨਾਂ ਦਾ ਨਾਮ ਹੈਗਾ ਪੁਨੇ ਪ੍ਰਸੂਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਬੀਜੇਪੀ ਜਿਹੜੀ ਹੈਗੀ ਸਿਰਫ 145 ਤੋਂ 152 ਸੀਟਾਂ ਹੀ ਉਹਨਾਂ ਨੂੰ ਮਿਲਣਗੀਆਂ ਔਰ ਕਾਂਗਰਸ ਜਿਹੜੀ ਹੈਗੀ 100+ ਤੇ ਆਏਗੀ ਔਰ ਗਠਬੰਧਨ ਮਹਾਗਠਬੰਧਨ ਕੰਮ ਕਰੇਗਾ ਔਰ 50+ ਲੈ ਕੇ ਜਾਏਗਾ ਸੋ ਮਹਾਗਠਬੰਧਨ ਮੈਨੂੰ ਇਹ ਨਹੀਂ ਲੱਗਦਾ ਕਿ ਬੀਜੇਪੀ ਦੇ ਨਾਲ ਮਿਲੇਗਾ ਜੇ ਉਹ ਕਾਂਗਰਸ ਨਾਲ ਮਿਲ ਗਿਆ ਤੇ ਕੋਈ ਵੱਡੀ ਗੱਲ ਨਹੀਂ ਹੈ ਕਿ ਸ਼ਾਇਦ ਬੀਜੇਪੀ ਜਿਹੜਾ ਹੈਗੀ ਹੈ ਐਤਕੀ ਸਿਆਸਤ ਦੇ ਵਿੱਚ ਆਉਣ ਤੋਂ ਰਹਿ ਜਾਏ ਅਲੱਗ ਅਲੱਗ ਡੇਟਾਸ ਨੇ ਹੁਣ ਕੀ ਐਕਚੁਅਲ ਹੈਗਾ ਉਹ ਤਾਂ ਸਮਾਂ ਹੀ ਦੱਸੇਗਾ ਅਜੇ ਮੱਕਰ ਜੀ ਕੀ ਕਹਿੰਦੇ ਹੋ ਆਮ ਆਦਮੀ ਪਾਰਟੀ ਕਿਤੇ ਆਉਂਦੀ ਨਜ਼ਰ ਨਹੀਂ ਆ ਰਹੀ ਇਸ ਦੇ ਵਿੱਚ ਹਮੇਸ਼ਾ ਨਹੀਂ ਤੇ ਆਮ ਆਦਮੀ ਪਾਰਟੀ ਤਾਂ ਪਿਛਲੀ ਵਾਰੀ ਉਹਦੇ ਵਿੱਚ ਨਾਮ ਜ਼ਰੂਰ ਸੀਗਾ ਪਰ ਐਤਕੀ ਉਹਨੂੰ ਸਿਰਫ ਅਦਰਸ ਕੈਟਾਗਰੀ ਦੇ ਵਿੱਚ ਰੱਖ ਚੁੱਕਿਆ ਹੈਗਾ ਕੀ ਕਹਿਣਾ ਚਾਹੋਗੇ ਤੁਸੀਂ ਕੀ ਸਮਝਦੇ ਦੇਖੀਏ ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਸਾਡੇ ਨਾਲ ਵਿਡੰਬਨਾ ਰਹੀ ਹੈ ਜਿੰਨੇ ਵੀ ਸਰਵੇ ਹੈਗੇ ਨੇ ਇਹਨਾਂ ਨੇ ਹਰ ਵਾਰੀ ਸਾਨੂੰ ਬਹੁਤ ਘੱਟ ਦੱਸਿਆ ਜਾਂ ਨਾ ਦੇ ਬਰਾਬਰ ਦੱਸਿਆ ਜਦ ਦਿੱਲੀ ਦੇ ਇਲੈਕਸ਼ਨ ਹੋਏ ਸਨ ਪਹਿਲੀ ਵਾਰ ਇਲੈਕਸ਼ਨ ਹੋਏ ਸਨ ਤੇ ਅਰਵਿੰਦ ਕੇਜਰੀਵਾਲ ਨੂੰ 2 ਤੋਂ 4 ਸੀਟਾਂ ਦੱਸੀਆਂ ਜਾ ਰਹੀਆਂ ਸੀ 47 ਸੀਟਾਂ ਆਈਆਂ ਦੂਸਰੀ ਵਾਰ ਇਹਨਾਂ ਨੇ 20 ਤੋਂ 25 ਸੀਟਾਂ ਦੱਸੀਆਂ ਜ਼ਿਆਦਾ ਤੋਂ ਜ਼ਿਆਦਾ ਲੇਕਿਨ 67 ਸੀਟਾਂ ਆਈਆਂ ਇਸ ਲਈ ਇਸ ਗੱਲ ਦੀ ਕੋਈ ਔਥੈਂਟਿਸਿਟੀ ਨਹੀਂ ਹੈ ਕਿ ਕਿੰਨਾ ਮਤਲਬ ਇਹਨਾਂ ਦਾ ਚੈਨਲ ਜਿਹੜੇ ਸਰਵੇ ਦੱਸ ਰਹੇ ਨੇ ਠੀਕ ਹੈ ਕਿਉਂਕਿ ਇਹਨਾਂ ਦੇ ਅੰਦਰ ਖੁਦ ਹੀ ਬਹੁਤ ਵੈਰੀਏਸ਼ਨ ਹੈ ਮੈਂ ਦੇਖ ਰਿਹਾ 242 ਪ੍ਰਿਡਿਕਟ ਕਰ ਰਿਹਾ ਇੰਡੀਆ ਦੂਸਰਾ 350 ਪ੍ਰਿਡਿਕਟ ਕਰ ਰਿਹਾ ਦੂਸਰੀ ਇਹ ਗੱਲ ਹੈ ਕਿ ਜੋ ਐਗਜ਼ਿਟ ਪੋਲ ਨੇ ਉਹਨਾਂ ਦੀ ਜਿਹੜੀ ਪਰਿਪਾਰਟੀ ਹੈ ਐਗਜ਼ਿਟ ਪੋਲ ਲੈਣ ਦੀ ਜਿਹੜੀ ਪਰਿਪਾਰਟੀ ਉਹਦੇ ਵਿੱਚ ਹੀ ਬੜੀ ਅਲੱਗ ਅਲੱਗ ਚੀਜ਼ਾਂ ਨਜ਼ਰ ਆ ਰਹੀਆਂ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ 2012 ਵਿੱਚ ਇਲੈਕਸ਼ਨ ਕਮਿਸ਼ਨ ਨੇ ਐਗਜ਼ਿਟ ਪੋਲ ਨੂੰ ਬੈਨ ਕਰ ਦਿੱਤਾ ਸੀ ਪਹਿਲੇ ਕੀ ਹੁੰਦਾ ਸੀ ਇੱਕ ਬਾਕਸ ਹੁੰਦਾ ਸੀ ਵੋਟਰ ਬਾਹਰ ਆਉਂਦਾ ਸੀ ਉਸ ਬਾਕਸ ਵਿੱਚ ਬਿਨਾਂ ਨਾਮ ਦੱਸੇ ਚਿੱਠ ਡਾਲਦਾ ਸੀ ਜਿਹਨੂੰ ਵੋਟ ਦੇ ਗਿਆ ਬਿਲਕੁਲ ਬਿਲਕੁਲ ਲੇਕਿਨ ਉਹ ਬੰਦ ਕਰ ਦਿੱਤਾ ਗਿਆ ਕਿਹਾ 2012 ਜਾਂ 13 ਤੋਂ ਬਾਅਦ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਗਿਆ ਉਸਦੇ ਵਿੱਚ ਇਹ ਹੁੰਦਾ ਸੀਗਾ ਕਿ ਉਹ ਜਿਹੜਾ ਵੋਟਰ ਨੂੰ ਬਿਨਾਂ ਨਾਮ ਦੱਸੇ ਜਿਹੜਾ ਹੈਗਾ ਤੇ ਉਹ ਇੱਕ ਬਿਲਕੁਲ ਨਿਊਟਰਲ ਚੀਜ਼ ਆਉਂਦੀ ਸੀ ਹੁਣ ਜਦ ਵੋਟਰ ਬਾਹਰ ਆਉਂਦਾ ਹੈ ਇਲੈਕਸ਼ਨ ਦੇ ਕੇ ਉਹਨੂੰ ਫੋਰਮ ਦਿੱਤਾ ਜਾਂਦਾ ਉਹਦੇ ਤੇ ਨਾਮ ਹੁੰਦਾ ਉਹ ਆਪਣੇ ਪੋਲੀਟੀਕਲ ਸੋਸ਼ੀਓ ਚੀਜ਼ਾਂ ਨੂੰ ਦੇਖ ਕੇ ਕਈ ਵਾਰ ਜਵਾਬ ਦਿੰਦਾ ਹੁਣ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਉਹਨੂੰ ਪਾਰਟੀ ਪਸੰਦ ਹੈ ਕੈਂਡੀਡੇਟ ਪਸੰਦ ਨਹੀਂ ਹੈ ਇਹ ਵੀ ਗੱਲਾਂ ਨਾਲ ਹੁੰਦੀਆਂ ਨੇ ਤੋ ਇੱਕ ਮੈਂ ਦੇਖ ਰਿਹਾ ਸੀ ਚੈਨਲ ਦੀ ਮੈਥੋਲੋਜੀ ਦੇਖ ਰਿਹਾ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇੰਡੀਵਿਜੁਅਲ ਕੋਲ ਇਹ ਨਹੀਂ ਪੁੱਛਿਆ ਕਿ ਤੁਸੀਂ ਕਿਹਨੂੰ ਵੋਟ ਦੇ ਕੇ ਆਏ ਹੋ ਅਸੀਂ ਉਹਦੇ ਕੋਲ ਪੁੱਛਿਆ ਕਿ ਤੁਸੀਂ ਕਿਹੜੀ ਪਾਰਟੀ ਨੂੰ ਲਾਈਕ ਕਰਦੇ ਹੋ ਤੇ ਉਹਨੇ ਆਪਣੀ ਪਾਰਟੀ ਦੱਸੀ ਉਸ ਹਿਸਾਬ ਨਾਲ ਅਸੀਂ ਕੈਂਡੀਡੇਟ ਨੂੰ ਟਿਕ ਕਰ ਦਿੱਤਾ ਲੇਕਿਨ ਹੁਣ ਦੇਖੋ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਪਾਰਟੀ ਨੂੰ ਮਸਲਾ ਉਦਾਹਰਣ ਦਿੰਦਾ ਪਾਰਟੀ ਉਹ ਬੀਜੇਪੀ ਨੂੰ ਪਸੰਦ ਕਰਦਾ ਪਰ ਉਹਦਾ ਕੈਂਡੀਡੇਟ ਪਸੰਦ ਨਹੀਂ ਕਰਦਾ ਉਹ ਦੂਸਰੀ ਪਾਰਟੀ ਨੂੰ ਧਿਆਉਂਦਾ ਇੱਥੇ ਵੇਰੀਏਸ਼ਨ ਆ ਜਾਂਦਾ ਇਹ ਸਾਰੀ ਚੀਜ਼ਾਂ ਵੀ ਹੈਗੀਆਂ ਨੇ ਤੇ ਸਵਾਲ ਇਹ ਵੀ ਹੈ ਕਿ ਉਹਨਾਂ ਨੇ ਕਿਹੜੀ ਮੈਥੋਡੋਲੋਜੀ ਇਸਤੇਮਾਲ ਕੀਤੀ ਹੈ ਪਰ ਜਿੰਨੇ ਵੀ ਜਿਹੜੇ ਸਰਵੇ ਵਾਲੇ ਹੈਗੇ ਨੇ ਮੈਂ ਚਾਹੁੰਦਾ ਕਿ ਜ਼ਿਆਦਾ ਟ੍ਰਾਂਸਪੇਰੈਂਸੀ ਅਗਰ ਕਰਨੀ ਹੈ ਤੇ ਇਹਨਾਂ ਨੂੰ ਪਹਿਲੇ ਆਪਣੀ ਮੈਥੋਡੋਲੋਜੀ ਓਪਨ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਮੈਥੋਡੋਲੋਜੀ ਲਈ ਹੈ ਉਸ ਦੇ ਨਾਲ ਇਸ ਚੀਜ਼ ਦੀ ਅਥੈਂਟਿਸਿਟੀ ਸਹੀ ਹੋਏਗੀ ਕਿ ਐਗਜ਼ਿਟ ਪੋਲ ਕਿੰਨੇ ਸਹੀ ਹੈ ਜਿੱਥੋਂ ਤੱਕ ਆਮ ਆਦਮੀ ਪਾਰਟੀ ਹੈ ਪੰਜਾਬ ਵਿੱਚ ਵੀ ਪਹਿਲੇ ਇਹਨਾਂ ਨੇ ਦੱਸਿਆ ਸੀ ਕਿ ਸਾਡੀ 0 ਸੀਟਸ ਆ ਰਹੀਆਂ ਲੇਕਿਨ 4 MP ਆਏ ਉਸਦੇ ਇਲਾਵਾ ਹੁਣ ਇਸ ਵਾਰ ਵੀ ਸਾਨੂੰ 0 ਦਿਖਾਇਆ ਜਾ ਰਿਹਾ ਹੈ ਕਿਸੇ ਚੈਨਲ ਨਾਲ 1 ਦਿਖਾਇਆ ਜਾ ਰਿਹਾ ਦਿੱਲੀ ਸਾਨੂੰ 1 ਵੀ ਸੀਟ ਕੋਈ ਨਹੀਂ ਦੇ ਰਿਹਾ ਔਰ ਕੋਈ 1 ਦੀ ਸੀਟ ਦੇ ਰਿਹਾ ਲੇਕਿਨ ਦਿੱਲੀ ਜੋ ਕੰਮ ਹੋਏ ਨੇ ਐਜੂਕੇਸ਼ਨ ਸੈਕਟਰ ਵਿੱਚ ਰਿਫੋਰਮਸ ਲਾਗੂ ਕੀਤੇ ਗਏ ਨੇ ਔਰ ਹਸਪਤਾਲਾਂ ਤੇ ਜਿਹੜਾ ਕੰਮ ਹੋਇਆ ਉਹ ਸਾਰੀ ਦੁਨੀਆ ਕੋਲ ਤੁਸੀਂ ਖੁਦ ਜਾ ਕੇ ਪਰਸਨ ਟੂ ਪਰਸਨ ਮੀਟ ਕਰੋਗੇ ਸਭ ਇਹ ਕਹਿੰਦੇ ਨੇ ਕਿ ਦਿੱਲੀ ਤੇ ਕੰਮ ਹੋਇਆ ਜੇ ਕੰਮ ਹੋਇਆ ਤੇ ਲੋਕ ਵੋਟ ਕਿਉਂ ਨਹੀਂ ਦੇਣਗੇ ਵੋਟ ਦੇਣਗੇ ਔਰ ਦੂਸਰੀ ਗੱਲ ਤੁਸੀਂ ਦੇਖ ਰਹੇ ਹੋ ਜਦ ਤੋਂ ਐਗਜ਼ਿਟ ਪੋਲ ਆਏ ਨੇ ਤਦ ਤੱਕ ਸੱਟਾ ਬਾਜ਼ਾਰ ਆਪਣੀ ਐਕਟੀਵਿਟੀਜ਼ ਚਾਲੂ ਕਰ ਚੁੱਕਾ ਹੋਇਆ ਉਹ ਐਕਟੀਵਿਟੀਜ਼ ਚਾਲੂ ਹੋਣ ਦੇ ਨਾਲ ਮੈਨੂੰ ਇਹ ਲੱਗਦਾ ਕਿ ਕੁਛ ਨਾ ਕੁਛ ਇਹਦੇ ਵਿੱਚ ਕੁਝ ਗੜਬੜ ਜ਼ਰੂਰ ਹੈ ਇਹ ਜਿਹੜਾ ਸੱਟਾ ਬਾਜ਼ਾਰ ਦੀ ਐਕਟੀਵਿਟੀਜ਼ ਇੱਕਦਮ ਚਾਲੂ ਹੋ ਗਏ ਨੇ ਔਰ ਇਹ ਸਰਵੇ ਆਇਆ ਐਸਾ ਨਾ ਹੋਏ ਕਿ ਸਰਵੇ ਬਿਲਕੁਲ ਉਲਟਾ ਹੋ ਜਾਏ ਔਰ ਸੱਟੇ ਬਾਜ਼ਾਰ ਵਿੱਚ ਕੋਈ ਇਹਦਾ ਲਾਭ ਲੈ ਜਾਏ ਮੈਨੂੰ ਇਸ ਬਾਰੇ ਵਿੱਚ ਕੁਛ ਸ਼ੱਕ ਹੈ ਲੇਕਿਨ ਫਿਰ ਵੀ ਨਾ ਵੀ ਹੋਏ ਮੈਂ ਮੰਨਣਾ ਕਿ ਭਗਵਾਨ ਕਰੇ ਨਾ ਵੀ ਹੋਏ ਲੇਕਿਨ ਇੱਕ ਚੀਜ਼ ਇਹ ਜ਼ਰੂਰ ਹੈ ਕਿ ਜਿਹੜੀ ਵੀ ਮੈਥੋਡੋਲੋਜੀ ਇਸਤੇਮਾਲ ਕਰਦੇ ਨੇ ਸਰਵੇ ਕਰਨ ਵਾਲੇ ਉਹਦੇ ਵਿੱਚ ਟ੍ਰਾਂਸਪੇਰੈਂਸੀ ਆਉਣੀ ਚਾਹੀਦੀ ਹੈ ਦੂਸਰੀ ਇੱਕ ਚੀਜ਼ ਹੋਰ ਵੀ ਹੈ ਇਲੈਕਸ਼ਨ ਕਮਿਸ਼ਨ ਨੇ
ਇਹ ਕਿਹਾ ਕਿ ਜਦ ਤੱਕ ਆਖਰੀ ਬੰਦਾ ਬਾਹਰ ਨਾ ਆਏ ਵੋਟ ਦੇ ਕੇ ਉਸ ਤਦ ਤੱਕ ਕੋਈ ਕੁਸ਼ਚਨ ਨਾ ਪੁੱਛਿਆ ਜਾਏ ਇਹ ਵੀ ਮੈਂ ਚਾਹੁੰਦਾ ਕਿ ਕੋਈ ਨਾ ਕੋਈ ਇਸ ਚੀਜ਼ ਨੂੰ ਕੋਰਟ ਚ ਲੈ ਜਾਏ ਕਿ ਜਦ ਤੱਕ ਆਖਰੀ ਬੰਦਾ ਨੀ ਬਾਹਰ ਆਉਂਦਾ ਤਦ ਤੱਕ ਤੁਸੀਂ ਨੀ ਪੁੱਛਦੇ ਪਹਿਲਾਂ ਪੁੱਛਣਾ ਸ਼ੁਰੂ ਕਰ ਦਿੱਤਾ ਔਰ ਉਹ ਸਰਵੇ ਔਰ ਉਹਨਾਂ ਨੂੰ ਵਟਸਐਪ ਤੇ ਔਰ ਅਨਆਫੀਸ਼ਲੀ ਕਾਂਗਰਸ ਨੂੰ ਮਤਲਬ ਕੋਸ ਰਿਹਾ ਸੀ ਜਦੋਂ ਇਹਨਾਂ ਨੇ ਇਲੈਕਸ਼ਨ ਲੜਿਆ ਸੀ ਔਰ ਉਸ ਲਈ ਅਗਰ ਮੰਨ ਲਓ ਵਾਅਦਾ ਦਿੰਦਾ ਰਿਹਾ ਇੱਕ ਤਰ੍ਹਾਂ ਉਹਨਾਂ ਨੂੰ ਕਹਿੰਦੇ ਜੀ ਸਾਡੇ ਨਾਲ ਤੁਸੀਂ ਗਠਬੰਧਨ ਕਰੋ ਗਠਬੰਧਨ ਕਰੋ ਅਗਰ ਇੰਨਾ ਹੀ ਸ਼ਿਕਸ਼ਾ ਕੰਮ ਕੀਤਾ ਹੋਇਆ ਸੀ ਇੰਨਾ ਹੀ ਹਸਪਤਾਲ ਬਣਾਏ ਹੋਏ ਸੀ ਤੇ ਫਿਰ ਗਠਬੰਧਨ ਕਰਨ ਦੀ ਲੋੜ ਸੀ ਮੈਨੂੰ ਤੇ ਚੰਗੀ ਤਰ੍ਹਾਂ ਯਾਦ ਹੈ ਕੇਜਰੀਵਾਲ ਜੀ ਮੈਂ ਸਮਝਦਾ ਕਿ ਇਸ ਤੋਂ ਜ਼ਿਆਦਾ ਝੂਠਾ ਬੰਦਾ ਤੇ ਕੋਈ ਰਾਜਨੀਤੀ ਚ ਆਇਆ ਹੀ ਨਹੀਂ ਬਈ ਉਹਨਾਂ ਨੇ ਕਿਹਾ ਜੀ ਮੈਂ ਇਹਦਾ ਨਾਂ ਕੀ ਹੈ 20 ਕਾਲਜ ਬਣਾਵਾਂਗਾ 500 ਸਕੂਲ ਬਣਾਵਾਂਗਾ 100 ਹਸਪਤਾਲ ਬਣਾਵਾਂਗਾ 200 ਨਾ ਵਾਈਫਾਈ ਫ੍ਰੀ ਦੇਵਾਂਗੇ 15 ਲੱਖ ਸੀਸੀ ਕੈਮਰੇ ਲਗਾਵਾਂਗੇ ਜਿਹੜੇ ਹੈਗੇ ਨੇ ਫਿਕਸ ਵਾਲੇ ਉਹਨਾਂ ਦੀ ਸੈਲਰੀ ਜਿਹੜੀ ਉਹਨੂੰ ਫਿਕਸ ਕਰਾਂਗੇ ਪੈਨਸ਼ਨ ਤੱਕ ਮਤਲਬ ਜਿਹੜੀ ਉਹ ਨਹੀਂ ਆਈ ਜਿਹੜੀ ਦਿੱਲੀ ਸਰਕਾਰ ਨੇ ਜਿਹੜੀ ਮੰਨ ਲਓ ਦਿੱਲੀ ਦੇ ਅੰਦਰ ਦਿੱਲੀ ਸਰਕਾਰ ਨੇ ਜਿਹੜਾ ਕੰਮ ਕੀਤਾ ਸੀ ਉਹਦੀ ਤੇ ਮੇਨਟੇਨੈਂਸ ਹੀ ਕਰ ਉਹਨੂੰ ਰਿਪੇਅਰ ਨਹੀਂ ਕਰਾ ਸਕੇ ਤੇ ਕਿਸ ਗੱਲ ਦੇ ਵੋਟ ਦਿੱਲੀ ਚ ਮੰਗਦੇ ਨੇ ਮੈਂ ਤਾਂ ਸਮਝਦਾ ਕਿ ਦਿੱਲੀ ਦੀ ਜਨਤਾ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਿਗਾਰ ਚੁੱਕੀ ਹੈ ਬਿਲਕੁਲ ਮੱਕੜ ਸਾਹਿਬ ਕੀ ਕਹਿਣਾ ਚਾਹੋਗੇ ਇਸ ਗੱਲ ਤੇ ਦੇਖੋ ਜੀ ਇਸ ਤਰ੍ਹਾਂ ਹੈ ਕਿ ਜਿੱਥੋਂ ਤੱਕ ਕਾਂਗਰਸ ਨਾਲ ਗਠਬੰਧਨ ਦਾ ਸਵਾਲ ਹੈਗਾ ਸੀ ਗਠਬੰਧਨ ਤੇ ਅਸੀਂ ਇਸ ਲਈ ਦਿੱਲੀ ਤੇ ਅਸੀਂ ਆਪਣੇ ਆਪ ਨੂੰ ਪੂਰਾ ਸਕਸ਼ਮ ਹੈਗੇ ਕਿ ਅਸੀਂ ਜਿੱਤ ਸਕਦੇ ਹਾਂ ਔਰ ਜਿੱਤਣ ਦੀ ਪੂਰੀ ਕੈਪੇਬਿਲਿਟੀ ਹੈ ਲੇਕਿਨ ਗਠਬੰਧਨ ਦੇ ਵਿੱਚ ਬਾਕੀ ਸਟੇਟਸ ਵੀ ਆ ਰਹੇ ਸਨ ਉਸ ਸੀਨੈਰੀਓ ਨੂੰ ਦੇਖ ਕੇ ਔਰ ਨਾਨ ਕਮਿਊਨਲ ਪਾਰਟੀਜ਼ ਦਾ ਇੱਕ ਪਲੇਟਫਾਰਮ ਬਣ ਜਾਏ ਇਸ ਤਰਫ ਕੋਸ਼ਿਸ਼ ਕੀਤੀ ਗਈ ਸੀ ਔਰ ਸਾਡਾ ਅਸੀਂ ਲਈ ਇਸ ਲਈ ਚਾਹੁੰਦੇ ਸੀ ਕਿ ਠੀਕ ਹੈ ਸਾਰੇ ਕਾਂਗਰਸ ਦੇ ਨਾਲ ਕਈ ਬੁਨਿਆਦੀ ਮਤਭੇਦ ਹੈਗੇ ਨੇ ਲੇਕਿਨ ਉਸ ਮਤਭੇਦ ਨੂੰ ਅਸੀਂ ਸਾਈਡ ਤੇ ਰੱਖ ਕੇ ਅਸੀਂ ਇਹ ਚਾਹੁੰਦੇ ਸੀ ਕਿ ਕੇਂਦਰ ਚ ਇੱਕ ਐਸੀ ਸਰਕਾਰ ਬਣੇ ਜੋ ਕਮਿਊਨਲ ਨਾ ਹੋਵੇ ਜਿੱਥੋਂ ਤੱਕ ਬੀਜੇਪੀ ਦਾ ਸਵਾਲ ਹੈ ਅਸੀਂ ਉਹਨਾਂ ਨੂੰ ਕਮਿਊਨਲ ਪਾਰਟੀ ਮੰਨਦੇ ਹਾਂ ਔਰ ਉਹ ਸਭੀ ਜਾਣਦੇ ਨੇ ਕਿ ਉਹ ਇੱਕ ਪਰਟੀਕੁਲਰ ਰਿਲੀਜਨ ਨੂੰ ਲੈ ਕੇ ਆਪਟੀਮਿਸਟਿਕ ਹਮੇਸ਼ਾ ਪ੍ਰੋ ਰਹਿੰਦੀ ਹੈ ਇਸ ਲਈ ਅਸੀਂ ਇਹ ਚਾਹੁੰਦੇ ਸੀ ਕਿ ਕੋਈ ਐਸੀ ਗਵਰਨਮੈਂਟ ਬਣੇ ਜਿਹੜੀ ਕਿ ਕਮਿਊਨਲ ਬੈਕਗ੍ਰਾਉਂਡ ਦੇ ਨਾਲ ਨਾਮ ਦਾ ਟੈਗ ਲੱਗਿਆ ਹੋਏ ਔਰ ਇੱਕ ਸੈਕੂਲਰ ਗਵਰਨਮੈਂਟ ਬਣ ਜਾਏ ਉਸਦੇ ਵਾਸਤੇ ਅਸੀਂ ਦਿੱਲੀ ਦੇ ਵਿੱਚ ਵੀ ਇਹ ਤਿਆਗ ਕਰਨ ਵਾਸਤੇ ਤਿਆਰ ਸੀ ਔਰ ਜਿੱਥੋਂ ਤੱਕ ਦਿੱਲੀ ਦੀ ਗੱਲ ਹੈ ਅਸੀਂ ਉਸ ਦਿੱਲੀ ਨੂੰ ਜਿੱਤਣ ਵਾਸਤੇ ਪੂਰੀ ਤਰ੍ਹਾਂ ਸਕਸ਼ਮ ਹੈਗੇ ਰਾਹੁਲ ਗਾਂਧੀ ਜੀ ਨੇ ਲਾਸਟ ਵਿੱਚ ਇਹਨਾਂ ਨੂੰ ਇਹ ਵੀ ਮਤਲਬ ਡੀਲ ਦਿੱਤੀ ਕਿ ਤੁਸੀਂ 4 ਸੀਟਾਂ ਲਓ ਅਸੀਂ 3 ਲੈਣੇ ਉਸਦੇ ਬਾਵਜੂਦ ਵੀ ਇਹਨਾਂ ਨੀਅਤ ਦਾ ਪਤਾ ਲੱਗ ਰਿਹਾ ਕਿ ਵੀ ਦਿੱਲੀ ਦੀ ਜਿਹੜੀ ਪਬਲਿਕ ਹੈ ਇਸ ਚੀਜ਼ ਨੂੰ ਸਮਝ ਚੁੱਕੀ ਹੈ ਕਿ ਸਿਵਾਏ ਧੋਖੇ ਤੇ ਕੁਝ ਨਹੀਂ ਹੈਗਾ ਬੀਜੇਪੀ ਦੀ ਜਿਹੜੀ ਬੜਤ ਹੈਗੀ ਤਾਂ ਹੈਗੀ ਹੈ ਜੇ ਐਗਜ਼ਿਟ ਪੋਲ ਦੇ ਵਿੱਚ ਬੜਤ ਇਸੇ ਕਰਕੇ ਆ ਰਹੀ ਕਿਉਂਕਿ ਦੋਨੋਂ ਪਾਰਟੀਆਂ ਦੀ ਵੋਟਾਂ ਜੇਗੀ ਖਿਲਰ ਗਈ ਹੈ ਜੇ ਸ਼ਾਇਦ ਇਕੱਠੇ ਹੋ ਜਾਂਦੀ ਤੇ ਸ਼ਾਇਦ ਤੁਸੀਂ ਸਾਨੂੰ ਫਰਕ ਨਹੀਂ ਪੈਣਾ ਸੀ ਕਿਉਂਕਿ ਮੋਦੀ ਜੀ ਦਾ ਜਿਹੜਾ ਕੰਮ ਕੀਤਾ ਹੈ ਭਾਰਤੀ ਜਨਤਾ ਪਾਰਟੀ ਜਿਹੜਾ ਕੰਮ ਕੀਤਾ ਹੈ ਉਹ ਇੱਕ ਇੱਕ ਘਰ ਪਹੁੰਚਿਆ ਭਾਜੀ ਮਤਲਬ ਅਸੀਂ ਅਗਰ ਵੋਟ ਮੰਗ ਰਹੇ ਹਾਂ ਵਿਕਾਸ ਪਿੱਛੇ ਮੰਗ ਰਹੇ ਹਾਂ ਵੋਟ ਸਾਡਾ ਕੋਈ ਪਰਿਵਾਰਵਾਦ ਨਹੀਂ ਕੋਈ ਸੋਨੀਆ ਗਾਂਧੀ ਕੋਈ ਰਾਹੁਲ ਗਾਂਧੀ ਨਹੀਂ ਅਸੀਂ ਸਿਰਫ ਵਿਕਾਸ ਜਿਹੜਾ ਵਿਕਾਸ ਕੀਤਾ 70 ਸਾਲਾਂ ਚ ਇੰਨੇ ਸਾਰੇ ਪਿੰਡ ਹੈਗੇ ਸੀ ਜਿੱਥੇ ਬਿਜਲੀ ਨਹੀਂ ਹੈਗੀ ਸੀ ਮੋਦੀ ਸਾਹਿਬ ਨੇ 99% ਕੋਈ ਜਗ੍ਹਾ ਸਵਾਮੀ ਜੀ ਪਰ ਜਿਹੜਾ GST ਲੱਗਾ ਨੋਟਬੰਦੀ ਹੋਈ ਉਹਦੇ ਨਾਲ ਜਿਹੜੇ ਲੋਕਾਂ ਨੂੰ ਪਰੇਸ਼ਾਨੀ ਹੋਈ ਉਹ ਕਿੱਥੇ ਲੁਕੋ ਨਹੀਂ ਭਾਜੀ ਕੋਈ ਨੋਟਬੰਦੀ ਨਾਲ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਈ ਕਿਸੇ GST ਨਾਲ ਪਰੇਸ਼ਾਨੀ ਨਹੀਂ ਹੋਈ ਸਿਸਟਮ ਬਣਾਉਣ ਪਿੱਛੇ ਦੇਖੋ ਸਿਸਟਮ ਬਣਾਉਣ ਪਿੱਛੇ ਪਬਲਿਕ ਵੀ ਤਿਆਰ ਹੈਗੀ ਕਿ ਸਿਸਟਮ ਕੋਈ ਨਾ ਕੋਈ ਬਣਨਾ ਚਾਹੀਦਾ ਹੈ ਤੇ ਪਬਲਿਕ ਨੇ ਸਪੋਰਟ ਕੀਤੀ ਹੈ ਤੁਸੀਂ ਵੇਖੋ ਨਾ ਗੁਜਰਾਤ ਵਿੱਚ ਜਦੋਂ GST ਲੱਗੀ ਸੀ ਨੋਟਬੰਦੀ ਹੋਈ ਸੀ ਗੁਜਰਾਤ ਦਾ ਇੱਕ ਇੱਕ ਵਪਾਰੀ ਸੜਕ ਤੇ ਹੈਗਾ ਸੀ ਮਗਰ ਸਾਰੀ ਸਿੱਟਾ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਈਆਂ ਸੀ ਕੋਈ ਫਰਕ ਨਹੀਂ ਪਿਆ ਇਹ ਦੋਨੋਂ ਪਾਰਟੀ ਜਿਹੜੀ ਵਿਪਕਸ਼ ਹੈਗੇ ਇਹਨਾਂ ਦਾ ਸਿਰਫ ਖੱਪ ਪਾਉਣ ਦਾ ਕੰਮ ਹੈਗਾ ਜੇ ਬਾਕੀ ਇਹਨਾਂ ਨੂੰ ਪਤਾ ਕਿ ਮੋਦੀ ਸਰਕਾਰ ਨੇ ਕੰਮ ਕੀਤਾ ਹੈ ਅਸੀਂ ਵਿਕਾਸ ਪਿੱਛੇ ਵੋਟ ਮੰਗਣੇ ਆ ਨੋਟਬੰਦੀ ਇਸ ਲਈ ਕੀਤੀ ਕਿ ਕਾਲਾ ਧਨ ਆਏ ਮੈਨੂੰ ਇੱਕ ਮੇਰੇ ਦੋਸਤ ਇੱਕ ਵੀ ਐਸਾ ਕਾਰਨ ਦੱਸਣ ਕਿ 2000 ਦਾ ਨੋਟ ਹੈ ਕਾਲਾ ਧਨ ਅਸੀਂ ਵਾਪਸ ਲਿਆਵਾਂਗੇ ਔਰ ਹਰ ਬੰਦੇ ਨੂੰ ਆਪਣੇ ਜਿਹੜਾ ਹੈਗਾ ਅਕਾਊਂਟ ਖੁਲਵਾ ਦਿੱਤੇ ਔਰ 15-15 ਹਜ਼ਾਰ ਰੁਪਏ ਉਹਦੇ ਖਾਤੇ ਚ ਆ ਜਾਏਗਾ ਇੱਕ ਚਵਾਨੀ ਪੁੱਛੋ ਕਿਸੇ ਨੂੰ ਦਿੱਤੀ ਇਹਨਾਂ ਨੇ ਅੱਜ ਤੱਕ ਦੇਖੋ
ਕੋਈ ਨੀ ਨਾ ਜਿਹੜੇ ਕਾਲੇ ਵਪਾਰੀ ਹੈਗੇ ਜਿਹੜੇ ਮਕਾਰ ਹੈਗੇ ਸੀ ਉਹ ਮੋਦੀ ਦੇ ਆਉਣ ਦੇ ਬਾਅਦ ਉਹਨਾਂ ਨੂੰ ਐਡ ਲੱਗਿਆ ਕਿ ਫੜਾ ਜਾਵਾਂਗਾ ਉਹ ਇੰਡੀਆ ਛੱਡ ਕੇ ਨਸ ਗਏ ਸੀ ਅੱਜ ਤੱਕ ਜਿਹੜੇ ਪਾਲੇ ਹੋਏ ਸੀ ਉਹ ਕਾਂਗਰਸ ਦੇ ਪਿੱਛੇ ਪਾਲੇ ਹੋਏ ਸੀ ਸਾਰੇ ਸਾਰੇ ਕੋਈ ਵੀ ਇੰਡਸਟਰੀ ਦੇ ਸਾਰੇ ਇਹ ਜਿੰਦੇ ਨੋਟ ਪਰ ਨੀਰਵ ਮੋਦੀ ਨੂੰ ਕਿੱਥੇ ਲਗਾਓਗੇ ਲਗਾਓਗੇ ਇਹਨਾਂ ਦੇ ਸਾਹਮਣੇ ਵਾਲੀਆਂ ਚੀਜ਼ਾਂ ਵਿਜੇ ਮਾਲਿਆ ਰਾਜ ਸਭਾ ਦਾ ਮੈਂਬਰ ਸੀ ਭਾਰਤੀ ਜਨਤਾ ਪਾਰਟੀ ਭਾਰਤੀ ਕਹਿੰਦੇ ਸੀ ਹੁਣ 2 ਮਹੀਨੇ ਦਾ ਹੁਣ ਆਇਆ 5 ਸਾਲ ਆ ਗਏ ਜਿੰਨੇ ਦਿੱਤੇ ਸੀ ਪੈਸੇ ਦੱਸੋ ਨਾ ਕਿਸਾਨ 12,000 ਕਿਸਾਨ ਜਿਹੜੇ ਨੇ ਉਹ ਸੁਸਾਈਡ ਕਰ ਲੈਂਦੇ ਨੇ ਤੇ ਅਗਰ ਇਹ ਕਹਿੰਦੇ ਨੇ ਜੀ ਕਿਸਾਨ ਜਿਹੜੇ ਨੇ ਉਹ ਮੌਜੂਦ ਕੀਤਾ ਉਹਨੂੰ ਕਿਹਾ ਜੀ ਡਬਲ ਤੁਹਾਡੀ ਇਨਕਮ ਹੋਏਗੀ ਕਿ ਕਿਸਾਨ ਕੋਲੋਂ ਇੰਟਰਵਿਊ ਤੇ ਕਰਵਾਓ ਨਾ ਕਿ ਵੀ ਜਿੰਦੀ ਅਗਰ ਮੰਨ ਲਓ ਕੁਛ ਵੀ ਪਲੱਸ ਹੋਇਆ ਹੋਵੇ ਜਿਹੜਾ ਬੀਮਾ ਉਹ ਵੀ ਆਪਣੀ ਵੱਡੀਆਂ ਕੰਪਨੀਆਂ ਨੂੰ ਦੇਤਾ ਜਿਹੜੀ ਅਡਾਨੀ ਤੇ ਅੰਬਾਨੀ ਨੂੰ ਦੇਤਾ ਕਿ ਉਹ ਵਾਲਾ ਬੀਮਾ ਦਾ ਪੈਸਾ ਜਿਹੜਾ ਉਹ ਵੀ ਉਹਨਾਂ ਕਿਸਾਨਾਂ ਨੂੰ ਨਹੀਂ ਮਿਲਦਾ ਸੁਪਰੀਮ ਕੋਰਟ ਦੀ ਸੁਤੰਤਰਤਾ ਖਤਰੇ ਤੇ ਹੈ ਇਹਦੇ ਕੋਲ ਮਾਇਨੇ ਹੈ ਜਾਂ ਨਹੀਂ ਹੈ ਕਾਂਗਰਸ ਦੁਬਾਰਾ ਕਹਿ ਰਹੇ ਸੀ ਕਿ ਰਾਹੁਲ ਗਾਂਧੀ ਨੇ ਇੰਨੀ ਰੈਲੀਆਂ ਕੀਤੀਆਂ ਔਰ ਕਿਹਾ ਜਾ ਰਿਹਾ ਕਿ ਵੀ ਜੇ ਨਰਿੰਦਰ ਮੋਦੀ ਨੇ ਤਕਰੀਬਨ 1,00,000 ਕਿਲੋਮੀਟਰ ਜਿਹੜਾ ਹੈਗਾ ਸਫ਼ਰ ਤੈਅ ਕੀਤਾ ਇਹਨਾਂ ਇਲੈਕਸ਼ਨਾਂ ਦੇ ਵਿੱਚ 2 ਮਹੀਨਿਆਂ ਦੇ ਵਿੱਚ ਤੇ ਰਾਹੁਲ ਗਾਂਧੀ ਨੇ 1,25,000 ਕਿਲੋਮੀਟਰ ਜਿਹੜਾ ਸਮੇਂ ਤੈਅ ਕੀਤਾ ਹੈਗਾ ਉਸ ਦੇ ਬਾਵਜੂਦ ਵੀ ਸੁਰਿੰਦਰ ਸ਼ਰਮਾ ਜੀ ਕੀ ਸਾਰੀਆਂ ਚੀਜ਼ਾਂ ਚੇਂਜ ਹੋਣਗੀਆਂ ਮੀਡੀਆ ਨੂੰ ਮੈਨੇਜ ਕੀਤਾ ਹੋਇਆ ਇਹ ਕੋਈ ਨਈ ਗੱਲ ਨਹੀਂ ਹੈਗੀ ਮੀਡੀਆ ਕੋਈ ਵੀ ਮੀਡੀਆ ਜਿਹੜਾ ਹੈ ਉਹ ਇਹਨਾਂ ਦੇ ਪ੍ਰੋਗਰਾਮ ਦਿਖਾਉਂਦਾ ਸਾਡੇ ਪ੍ਰੋਗਰਾਮ ਨਹੀਂ ਦਿਖਾਉਂਦਾ ਹੁਣ ਹਰਿਆਣਾ ਦੇ ਅੰਦਰ ਬਕਾਇਦਾ ਤੁਸੀਂ ਚੈਨਲ ਤੇ ਦੇਖੋ ਕਿ ਉਹ ਮਸ਼ੀਨਾਂ ਲੈ ਕੇ ਜਾ ਰਹੇ ਨੇ ਉਹ ਕਲੀਅਰ ਹੈ ਕੋਈ ਨਿਊਜ਼ ਨਹੀਂ ਆ ਰਹੀ ਹੁੰਦੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਗਰ ਮੀਡੀਆ ਨਹੀਂ ਫੋਲੋ ਕਰੇਗਾ ਜਦੋਂ ਇਲੈਕਸ਼ਨ ਹੋ ਰਿਹਾ ਸੀ ਉਦੋਂ ਕੋਈ ਵੀ ਦੋਨੋਂ ਪਾਰਟੀਆਂ ਇਹ ਕਹਿ ਰਹੀ ਸੀ ਵੀ ਈਵੀਐਮ ਵੀ ਸਹੀ ਹੈਗੀ ਹੈ ਸਾਰੀ ਚੀਜ਼ਾਂ ਸਹੀ ਹੈ ਨਹੀਂ ਸੀਤਾ ਸੀ ਦਿੱਲੀ ਚ ਉਦੋਂ ਤਾਂ ਤੁਸੀਂ ਕਹਿ ਨਹੀਂ ਮਸ਼ੀਨਾਂ ਖਰਾਬ ਹੈ ਉਸ ਵੇਲੇ ਮਸ਼ੀਨਾਂ ਸਹੀ ਹੈਗੀ ਸੀ ਹੈਨਾ ਔਰ ਹੁਣ ਜਿਹੜਾ ਰਿਜ਼ਲਟ ਆ ਰਿਹਾ ਹੁਣ ਤੁਸੀਂ ਇਹ ਮਸ਼ੀਨਾਂ ਖਰਾਬ ਹੀ ਹਮ ਕਹਿ ਰਹੇ ਹਾਂ ਉਹ ਮਸ਼ੀਨਾਂ ਕਹਾਂ ਸੇ ਆਈ ਕਿਉਂ ਜਾ ਰਹੀ ਸੀ ਉਹ ਦਵਾਡੀ ਆ ਜਾਂਦੀ ਉਹ ਪ੍ਰਵਾਨ ਦਵਾਂ ਜੋ ਹੈ ਹਰਿਆਣਾ ਮੈਂ ਸੁਰਿੰਦਰ ਜੀ ਅਗਰ ਕਿਸੇ ਸਰਕਾਰ ਹੈ ਉਹ ਉਸ ਦਾ ਜਵਾਬ ਦੇ ਅਗਰ ਆਪ ਕੋਈ ਕਿਸ ਤਰ੍ਹਾਂ ਸੇ ਆ ਮਸ਼ੀਨਾਂ ਕਿਸੇ ਲਈ ਜਾ ਰਹੇ ਸੀ ਅਗਰ ਮਸ਼ੀਨਾਂ ਜਾ ਰਹੀ ਸੀ ਮੈਂ ਕਹਿ ਰਹਾ ਮਸ਼ੀਨਾਂ ਸੀਲਡ ਦੀ ਜਾਂ ਨਹੀਂ ਦੀ ਇਸੇ ਕੀ ਲੈਣਾ ਦੇਣਾ ਹੈ ਮਸ਼ੀਨੇ ਅੰਦਰ ਆਈ ਕੈਸੇ ਕਿਸ ਲਈ ਜਾ ਰਹੀ ਸੀ ਉਹ ਟਰੱਕ ਮੇ ਲੋਡ ਹੋ ਕੇ ਕਿਸ ਲਈ ਆਈ ਤਾਂ ਮਸ਼ੀਨੇ ਅੰਦਰ ਅੰਦਰ ਫੋਟੋ ਵਾਲੀ ਮਸ਼ੀਨ ਅੰਦਰ ਸੀਲਡ ਪੜੀ ਹੈ ਪਹਿਲੇ ਕੇ ਅੰਦਰ ਉਹ ਅੰਦਰ ਆਈ ਕੈਸੇ ਹਾਂ ਮਸ਼ੀਨਾਂ ਕਿੱਥੋਂ ਆਈ ਮੈਨੂੰ ਤਾਂ ਪਹਿਲੇ ਜਵਾਬ ਦਿਓ ਉਹ ਜਿਹੜੀ ਮਸ਼ੀਨ ਹੈਗੀ ਸੀ ਮੈਂ ਖੁਦ ਵੇਖੀ ਹੈ ਉਹਨੂੰ ਜ਼ੂਮ ਕਰਕੇ ਵੇਖਿਆ ਫੋਟੋ ਮੈਂ ਉੱਥੇ ਮੌਜੂਦ ਨਹੀਂ ਹੈਗਾ ਸੀ
ਇਹ ਕਭੀ ਈਵੀਐਮ ਮਸ਼ੀਨ ਸੀਲ ਨਹੀਂ ਹੈਗੀ ਭਾਜੀ ਅਗਰ ਸੀਲ ਹੁੰਦੀ ਮੈਂ ਕਹਿ ਰਿਹਾ ਸੀਲ ਨਹੀਂ ਹੈਗੀ ਤੂੰ ਪੁੱਛ ਰਿਹਾ ਭਾਜੀ ਨਹੀਂ 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 ਸੀਲ ਆ ਨਹੀਂ ਆਈ ਉਹ ਕਿਸ ਯੂਜ਼ ਵਾਸਤੇ ਆਈ ਮੇਰਾ ਇਹ ਕਹਿਣਾ ਕਿ ਅਗਰ ਟਰੱਕ ਹੈ ਕਿਸ ਯੂਜ਼ ਮੇ ਆਇਆ ਉਹ ਆਰਥਿਕ ਆਂਦੀ ਹੈ ਹਰਿਆਣਾ ਸਰਕਾਰ ਹੈ ਆਪ ਉਸਨੂੰ ਬਤਾਏ ਮੈਂ ਕਿਹਾ ਇਲੈਕਸ਼ਨ ਕਮਿਸ਼ਨ ਕੇ ਸਾਹਿਬ ਮਿਲ ਕੇ ਪਤਾ ਨਹੀਂ ਕਿ ਕਿਆ ਕਰ ਰਹੇ ਹੋ ਆਪ ਕਹਿਣਾ ਚਾਹ ਰਹੇ ਹੋ ਭਾਈ ਸਾਹਿਬ ਅਭੀ ਤੋ ਐਗਜ਼ਿਟ ਪੋਲ ਆਏ ਹੈ 23 ਤਾਰੀਖ ਕੋ ਦੇਖਣਾ ਇਹ ਲੋਕ ਈਵੀਐਮ ਕੇ ਖਿਲਾਫ ਸੜਕ ਪੇ ਧਰਨਾ ਦੇਤੇ ਆਏਗੇ ਔਰ ਕਹੀਂ ਇਨਕੀ ਆ ਗਈ ਤੋ ਈਵੀਐਮ ਬਹੁਤ ਬੜੀ ਆਦੀ ਜੀ ਬਹੁਤ ਅੱਛਾ ਰਿਜ਼ਲਟ ਆ ਗਿਆ ਜੀ نجائز دندلبازی کر رہا ہے اس بات کو دیکھنا چاہیے کہ مشینیں کس لیے آئی ہیں اگر مان لو مشینیں وہاں پہ پڑی ہیں اندر سیکورٹی پہ پڑی ہیں اور اگر مان لو دوسری مشین لوز مشین جا رہی ہے تو کس لیے جا رہی ہے پبلک کو میں سیدھا اس کو شک آتا ہے کہ وہ میرا بھی نہیں لے رہی تھی یا نہیں تھی چھوڑو اس مدے کو مشینیں اندر آئی کیسے اتنی سیکیورٹی کے بعد ہاں ٹھیک ہے سریندر شرما جی تاڈے تو شروع کردا ایگزٹ پول دی گل کر رہے ہیں جے مان لو ہن 23 مہینے جو رزلٹ آندے ہیں ਤੁਸੀਂ ਕੀ ਵਿਪਕਸ਼ ਕਿਤੇ ਦੁਬਾਰਾ ਸਵਾਲ ਤੇ ਨਹੀਂ ਚੁੱਕੇਗਾ ਈਵੀਐਮ ਤੇ ਕੀ ਤੁਹਾਨੂੰ ਈਵੀਐਮ ਤੇ ਭਰੋਸਾ ਹੈ ਜਾਂ ਨਹੀਂ ਹੈ ਕੀ ਵਾਕਿਆ ਜਨਤਾ ਪੇ ਭਰੋਸਾ ਹੈ ਮੈਂ ਈਵੀਐਮ ਪੇ ਭਰੋਸਾ ਨਹੀਂ ਮੈਂ ਆਪਣੀ ਜੋ ਆਪਣੇ ਭਾਰਤ ਵਰਜ ਹੈ ਉਸਕੀ ਜਨਤਾ ਪੇ ਭਰੋਸਾ ਨਹੀਂ ਪਰ ਜੇ ਮਾਰੋ ਕਾਂਗਰਸ ਕੇ ਸਮਰਥਨ ਮੇ ਆਪਣਾ ਜੋ ਬਹੁਮਤ ਦੇਗੀ ਇਹ ਮੈਂ ਆਪਕੋ ਆਪਕੇ ਚੈਨਲ ਕੇ ਮਾਧਿਅਮ ਸੇ ਦਾਅਵੇ ਕੇ ਸਾਥ ਕਹਿ ਰਹਾ ਹੂੰ ਕਿ ਇਹ ਜੋ ਐਗਜ਼ਿਟ ਪੋਲ ਹੈ ਇਹ ਸਭ ਫੇਕ ਹੈ ਆਪ ਦੇਖਣਾ ਇਸਕਾ ਰਿਜ਼ਲਟ ਜੋ ਹੈ ਵੋ ਦੂਸਰੀ ਤਰਫ ਆਏਗਾ ਔਰ ਗਠਬੰਧਨ ਕੀ ਜੋ ਹੈ ਨਾ ਯੂਪੀਏ ਕੀ ਸਰਕਾਰ ਜੋ ਹੈ ਵੋ ਬਨੇਗੀ ਕਾਂਗਰਸ ਵੱਲੋਂ ਕੋਈ ਸਰਵੇ ਨਹੀਂ ਕਰਾਏਗਾ نہیں کانگریس کی طرف سے سروے جو کرانے والی بات ہے وہ ہائی کمان نے اگر کرایا بھی ہوگا تو اس ٹائم میں ان کا میڈیا اس کو بند کر رہا ہے مین بات تو یہ آ رہی ہے کہ میڈیا اس کو بند کر رہا ہے ہر بات ہم کر رہے ہیں تو کانگریس کی میڈیا کہاں باتیں کر رہا ہے آؤٹ پٹ نہیں آ رہی ہے اس لیے اگر 23 تاریخ کے بعد ان کی مجبوری ہو گئی ہے کہ جو بھی رزلٹ آئے گا گھنٹے کا سمے کرنا پڑے گا سریندر شرما جی ایک گل ہے جو مان لو اور چینل کے سامنے ایک بھی وپکش کا اگر آپ کو نظر آ جائے پروکتا تو آپ بتا دینا 23 تاریخ کے بعد اپنی باتیں رکھیں گے لوک تنتر کو مضبوط کریں گے اگر ہمیں وپکش کا مینڈیٹ ملے گا پہلے اپنا گھر مضبوط کرو لوک تنتر کی مکر صاحب ایک سوال جی مان لو جو ایگزٹ پول جو بھی 23 تاریخ نو رزلٹ آندے پاوے ہو کانگریس دے فیور چاند پاوے ہو بی جے پی دے فیور چاند کی عام آدمی پارٹی پھر وہ ای وی ایم دا راگ لاپے گی یا نہیں لاپے گی کیونکہ جے تسی کی ای وی ایم دی ورکنگ تو سیٹسفائی ہو نہیں ایک جواب منو دو کیونکہ جے سیٹسفائی ہو نہیں دیکھو جی سانو ای وی ایم مشین دے وشواس ہے وی وی پیٹ اگر ہوندی پوری گنتی ہو جاندی ہے وی وی پیٹ دی اگر پوری گنتی ہو جاندی حالانکہ اسی پھر بھی مننے ہیں کیوں ای وی ایم دی مشین دی گل الگ ہے اور بی جے پی دی کارے بنانی دی گل الگ ہے سانو بی جے پی دی کارے بنانی تے شک ہے اگر مشین نو تسی صحیح چلاؤ گے تو صحیح کام کرے گی پھر ای وی ایم دا رالا راگ تے نہیں لاپو گے اگر ریزلٹ بالکل ہی انایکسپیکٹڈ آ گئے حساب نال نہیں آ رہے ویسے بھی ویسے اسی تے پہلے ہی کہہ رہے ہیں ای وی ایم دی ای وی ایم پر جے تہاڈے مطابق نہ جے ایک گل ہے جے تہاڈے مطابق آ گئے پھر ای وی ایم نہیں نہیں ایسا نہیں گل ہے اسی ای ایم دی ای وی ایم دی سب تو پہلے اٹھایا سی اروند کیجریوال نے اور ودھان سبھا وچ کر کے دکھائی سی ہے اور ان دا نتیجہ اے ہویا وی وی پیٹ مشین آئے ڈیموکریسی مضبوط ہوئی گھٹی نہیں وی وی پیٹ تے بھروسہ ہے بالکل بھروسہ ہے ہمارے جو کاریہ پرنالی ہے الیکشن کی کاریہ پرنالی اس پہ ہمیں پورا بھروسہ ہے پر پھر بھی اگر مان لیا جائے کوئی ٹرک اگر مان لو مشینیں لے کر کے جا رہا ہے اس کی ذمہ داری کون کرے گا اگر کوئی چیز سامنے نظر آ رہی ہے بھائی اگر مان لو ہم تو کہتے ہیں کہ ریزلٹ والی مشین ہے جس میں مان لو ریزلٹ اس کے اندر مان لو کلوز ہو گیا اور وہ اندر پڑی ہیں تو ایک ٹرک کے اندر مشینیں لوڈ ہو کر کے خالی مشینیں جو آ رہی ہیں وہ کس لیے آ رہی ہیں اس کا مطلب کیا اس کا یہ مان لو مشینوں پہ تو بھروسہ کر رہے ہیں اس کے اندر وہ وہاں پہ پڑی ہیں اندر مشینوں میں مان لو ریزلٹ جو بھی آیا وہ اس کے اندر کلوز ہو گیا اور وہاں رکھ دیا سیکورٹی میں رکھنا چاہیے پھر کس لیے ٹرک آتا ہے کہ وہ مشینوں کو دوسری مشینیں لے کر کے کرنے کے لیے بعد مشینوں کی نہیں ہو رہی ہے بات ان کی نیت کی ہو رہی ہے ان کی نیت خراب ہے مشینیں چینج کرنے والی بات آ رہی ہے کہ یہ جو اگر اس طرح کی بات آئی ہے تو وہ بولے گا پارٹی میں بھی شامل نہیں کر سکتے 19 کا ہوا اس کے اندر یہ پہلی بار تو ہی وی ایم مشین استعمال نہیں ہوئی اس سے پہلے بھی تو کانگریس کی سرکاریں راجیہ میں بھی رہی ہیں دلی میں بھی رہی اور کیندر میں بھی رہی ہیں وہ کیا ای وی ایم مشینوں سے نہیں ہوئی تھی جب ای وی ایم مشینیں صحیح تھی جب یہ تھے اور جب ہم ہیں تو اب یہ ای وی ایم مشینیں خراب ہے جی وی وی پیڈ پہ بھی بھروسہ نہیں ہے جی
अब बैलेट पेपर पर कर लोगे ये हार दोगे तो बैलेट पेपर में भरोसा नहीं है जी। मेरा ये कहना है दोनों पार्टियों को आज की तारीख में ना तो चुनाव आयोग पे भरोसा है, ना अपने सर्वोच्च न्यायालय पे भरोसा है, ना हाई किसी भी संस्था के ऊपर इन दोनों पार्टियों का भरोसा अब उठ गया है, क्योंकि पहले जब उनकी सरकार थी कि सुप्रीम कोर्ट की कोई ऐसा क्यों बोले मोस्ट जस्टिस भाई साहब किसी ने नहीं कहा चार सुप्रीम कोर्ट के जज आके प्रेस कॉन्फ्रेंस करते हैं बोल रहे हैं जी वो कहते हैं कि सुप्रीम कोर्ट में सब कुछ सही नहीं है वो क्यों बोलते हैं वो मसला कोई और मसला था और मसला था जो भी था हम लोकतंत्र में फेवर में नहीं जाता वो मसला और हो जाता है और जो इनके फेवर करें अब एक बात बताइए कि अगर नोटबंदी जब इन्होंने की इन्होंने जो जो प्रॉमिस किए प्रधानमंत्री कोई भी रहा रेस्पेक्टेड होता है वो पब्लिक के लिए उसकी बात सुनी जाती है इन्होंने बोला मैं नोटबंदी कर रहा हूँ उससे आतंकवाद खत्म हो जाएगा उससे काला धन में लेके आऊंगा 15-15 लाख रुपए आपको दूंगा तो क्या और उसके बाद प्रधानमंत्री कहते हैं जी मुझे 52 दिन दे दो उसके बाद मुझे चौराहे पे पकड़ के ये करना कहां के प्रधानमंत्री चौराहे पे कब खड़े हुए क्या नोटबंदी से फायदा हुआ ये बताओ जरा बल्कि जो और मैं और बता रहा हूँ कि इन्होंने तो इतना अत्याचार किया कि 2.5 लाख रुपया बोला देने के लिए शादियों के लिए वो 2.5 लाख रुपया नहीं दिया जो इनके इनके उद्योगपति हैं वो अरबों रुपया लगा करके शादी करते हैं और आम पब्लिक को इन्होंने 2.5 लाख रुपया शादी करने के लिए नहीं दिया भीख मंगवाई इन्होंने। ठीक है मैं एक और इस मुद्दे से गल करांगे कि जी इस समय दिल्ली और पंजाब की जो सिचुएशन आ रही है सुरेंद्र शर्मा जी ताडे वास्ते खुशी की गल है कि कांग्रेस पार्टी तुसीं बिलोंग करदे हो पंजाब दे विच सारे जिहड़े आपां सर्वे देख रहे हैं उहदे विच उह बीजेपी नूं सिर्फ ते एनडीए नूं तकरीबन 3 सीटां दे रहे हैं और कांग्रेस नूं तकरीबन 10 सीटां की जिहड़ी हैगी बढ़त जिहड़े हैगे पंजाब दे विच दे रहे ने और आपके चैनल के माध्यम से मैं ये भी कहना चाहता हूँ दिल्ली में भी हम 4 से 5 सीटें जीतेंगे ये जो जो बता रहे हैं ना एक आधी सीट पंजाब का गलत बता रहा है जी नहीं पंजाब की दिल्ली का सर्वे किसी ने किया उसका एजेंसी अलग है स्वामी जी मैं बोल रहा हूँ पंजाब में मैंने इलेक्शन नहीं लड़ा मैंने दिल्ली में इलेक्शन लड़ा है मैं इसलिए अपने कॉन्फिडेंट होकर दिल्ली की बात कर रहा हूँ कि अब आपने पंजाब की बात करी या आप दिल्ली की बात कर रहे हो अब पंजाब में ईवीएम सही हो जाएगी जी वो सर्वे सही होगा हम ईवीएम की बात ही नहीं कर रहे हैं नहीं भाई साहब ईवीएम की बात तो कर रहे हैं उनसे बात करो मैंने तो ये कहा है कि जो ईवीएम के साथ आप भ्रष्टाचार करने की कोशिश कर रहे हो जो आप हेराफेरी करने की कोशिश कर रहे हो लैंड ऑर्डर में इंप्लीमेंट करने की बात कर रहे हो मैं उसकी बात कर रहा हूं ईवीएम की बात नहीं कर रहा ईवीएम दी स्वामी जी सुरेंद्र जी ने ईवीएम दी गल पंजाब इथे नहीं कीती तुसी बस दीपक की गल कर रहे हैं अपना अजय मक्कड़ साहब ने गल कीती ईवीएम दी सुरेंद्र शर्मा जी जो सर्वे की गल कर रहे हैं कि सर्वे पे भरोसा नहीं किया जा सकता तो मैं कह रहा हूँ पंजाब पे कैसे भरोसा करोगे जी आप मैं पंजाब में इलेक्शन लड़ने नहीं गया मैं इलेक्शन जो है वो दिल्ली के अंदर लड़ा और मैं दिल्ली में कॉन्फिडेंट हूँ कि हम 4 से 5 सीटों पे आएंगे हमने भी तो हमने अपनी सीट की बात करते हैं दिल्ली की गल करते हैं सुरेंद्र शर्मा जी सर्वे आप सारे सर्वे देख ले कोई भी जड़ा है तकरीबन 4-5 तो 6 सीटा जी है जो मैक्सिमम जड़ा है ना वो बीजेपी ने दिखाई जा रहे हैं किते किते जो कांग्रेस ने सिर्फ 1 से 2 सीटा की बढ़त ही दिखाई दे रही है तुसी की समझते हो दिल्ली की पब्लिक क्या है दिल्ली की पब्लिक जब आप अपना रिजल्ट देगी तो ये सारे सर्वे जो आपने ना ये झूठे हो जाएंगे आप ये देखो कि अभी कुछ दिन पहले भी जो मान लो चैनल थे उसके अंदर ये कह रहे थे कि एक तो मान लो समय की बात थी मैं तो इनसे ये पूछना चाहता हूँ कि चलो आम पार्टी और कांग्रेस तो गठबंधन कर रही थी इन्होंने अपने कैंडिडेट घोषित किए नहीं किए तो ये तो पहले ही अनकंफर्टेबल थे उस टाइम में इन्हें यही नहीं पता था कि अगर मान लिया जाए आप तो अपने कैंडिडेट उतारते ना जो भी उतारने थे कांग्रेस को तो मजबूरी थी कि गठबंधन का लालच आ रहा था उधर से वो ये कह रहे थे कि नहीं जी आप हमारे साथ गठबंधन करो हमारे साथ गठबंधन करो आगे डेटा एक्सटेंड होती जा रही थी हमने इसलिए हम थोड़ी सी देरी हुई इनसे पूछो ये इन्होंने किस लिए नहीं आप बिल्कुल है बिल्कुल ठीक सवाल है जी कि गठबंधन का भी एक सवाल रहेगा कि सब तो पहले सुरेंद्र जी गठबंधन की गल करांगे क्यों कांग्रेस और आम आदमी पार्टी ने गठबंधन क्यों नहीं किया तो नहीं लगता कि जे ता गठबंधन हो जाता तो आंकड़े जड़े है डिफरेंट होंगे गठबंधन करना गठन गठबंधन एक फायदा सीगा जे तुसी मोदी विरोधी जे काम जे तुसी मोदी विरोधी जे मूवमेंट दे विच हिस्सा ले रहे सीगे क्योंकि जो कांग्रेस का तकरीबन यही एजेंडा रहा कि भी मोदी विरोधी तकरीबन यही एजेंडा रहा जे तुहानू सिर्फ क्योंकि आम आदमी पार्टी दे इह गल खुद कह रही कि अगर बीजेपी को हराना है तो सबसे सीनियर रहता है केजरीवाल जी उनकी नीयत उनकी करनी और कथनी में फर्क था उन्होंने हमें बार बार इस बात के लिए कहा कि भाई आप गठबंधन करो हमारे सीनियर लोग उनके लिए तैयार भी हुए पहले यूपी में इलेक्शन था ठीक है उधर से देरी हुई उसके बाद दिल्ली में जब वो आए करने के लिए तो इनकी नीयत में फर्क है हरियाणा मांग रहे हैं पंजाब मांग रहे हैं गोवा मांग रहे हैं आप दिल्ली की बात कर रहे हो दिल्ली से करो ना कौन अड़ रहा था उसमें अगर ये वाकई में ये चाहते थे कि दिल्ली की
सीटों में गठबंधन होता और ये होता, ये तो ये हमारा टाइम वेस्ट कर रहे थे जानबूझ के कि कांग्रेस जो है वो मतलब जो है आगे जो है अपने कैंडिडेट ना उतार पाए और फिर वो घुटने टेके। बाकी वो हम जो दिल्ली की जनता है वो भी इस बात को समझ गई है कि किसकी नीयत में खोट था, ये सारी चीजें क्लियर हो गई है। तो जब रिजल्ट आएंगे आप देखोगे 4 से 5 सीटें हमारी जो कांग्रेस की है वो आएंगी। ठीक है, आम आदमी पार्टी अजय मक्कर साहब की कहोगे जे वाकई तुसी चाहते थे कि तुसी बीजेपी नू हराना चाहते हो, जो दिल्ली दे विच हराना चाहते हो तो एक सीट वध या घटता की फर्क पै रहा सीगा तुहानू जे तुसी दे देंदे कांग्रेस नू? तां पहला इनिशिएटिव अरविंद केजरीवाल ने लिता सी, लोगों ने बहुत बोलिया देखो जी कांग्रेस दे तलवे चट रहे हैं, देखो जी ए हो रहा है ए हो रहा है और कांग्रेस दे पैरां च गिर रहे हैं। ठीक है, लोग कहते सन सुनाई सुनिया भी क्योंकि देश हित अच्छी अयो चीज सही लगी भी नॉन कम्युनल पार्टीज का कोई फ्रंट बन जाए। और यह गल है कि अरविंद केजरीवाल जी नेगोशिएशन टेबल से जब साडे नेता गए, देखो जी दिल्ली कांग्रेस को एक भी सीट नहीं सी, असि उन्होंने 3 सीटा देने को तैयार सन। ठीक है, तो पंजाब दे विच साडे कोल 22 एमएलए 4 एमपी तो तुसी उत्थे एक भी सीट ना दियो। ठीक है, हरियाणा विच भी साडे कोल अच्छा अच्छा खासा वोट शेयर, भी जब गल होएगी तो समग्र रूप विच होएगी ना गठबंधन, नेशनल लेवल से इलेक्शन हो रहा है छोटी पार्टियां दा वर्चस्व स्वीकार नहीं कर पा रही है जब तक स्वीकार नहीं करेगी कि हुन लोकल रीजनल पार्टीज दा ही दबदबा रहेगा आने वाले समय। कांग्रेस का ग्राफ धीरे 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 शॉर्ट हो रहा है और ए रीजनल पार्टीज का दबदबा धीरे धीरे बढ़ रहा है। ठीक है, स्वामी जी ताडे तो पूछना चाहवांगा, महागठबंधन भी हो गया और बंगाल दे विच बहुत वड्डी मूवमेंट हो, आपां गल करिए 73% वोटिंग हुई और कहा जा रहा है कि बंगाल दे विच भी जिहड़ी वोटिंग हुई है ਉਹ ਮਮਤਾ ਬੈਨਰਜੀ ਦੇ ਫੇਵਰ ਦੇ ਵਿੱਚ ਹੋਈ ਹੈ। ਕੀ ਸਮਝਦੇ ਹੋ ਕਿ ਤੁਹਾਡੇ ਇਸ ਸਮੇਂ ਯੂਪੀ ਦੇ ਵਿੱਚ ਵੀ ਮਹਾਗਠਬੰਧਨ ਬਣਿਆ, ਕੀ ਲੱਗਦਾ ਹੈਗਾ ਕਿ ਉਹ ਮਹਾਗਠਬੰਧਨ ਦਾ ਜਿਹੜਾ ਹੈਗਾ ਇੰਪੈਕਟ ਪਏਗਾ ਕਿ ਨਹੀਂ ਪਏਗਾ, ਉਹਦੇ ਨਾਲ ਬੀਜੇਪੀ ਨੂੰ ਨੁਕਸਾਨ ਹੋਏਗਾ ਕਿ ਨਹੀਂ ਹੋਏਗਾ? ਦੇਖੋ ਜੀ, ਮੈਂ ਜਹਾਂ ਤੱਕ ਸਮਝਦਾ ਹਾਂ ਇਹ ਮਹਾਗਠਬੰਧਨ ਨਹੀਂ ਸੀ, ਮਹਾਮਿਲਾਵਟ ਥੀ ਇਹ ਸਾਰੀ। ਜਿਤਨੇ ਵੀ ਆਪਣੇ ਆਪ ਕੋ ਬਚਾਣੇ ਕਾ ਪ੍ਰਯਾਸ ਥਾ ਖਾਲੀ, और आप ये देखोगे अभी यूपी में जो अभी रिजल्ट आएगा या बंगाल में भी जो रिजल्ट आएगा, आप एग्जिट पोल में भी बंगाल में रिजल्ट देख रहे होंगे कि आधी आधी सीटें लगभग और आधी से भी ज्यादा सीटें भारतीय जनता पार्टी को मिल रही हैं और जो पूरी की पूरी वहां की बंगाल की जनता इतनी खिलाफत में और इतना जो परसेंटेज मत का गया है मतदान का गया है वो उसके खिलाफ गया है। आप यूपी के अंदर आप देखना, पिछली बार हमारे पास 71 थी, 71 प्लस जाएंगी, आप देखना कुल महामिलावट क्या है। वहां की जनता इन दोनों को समझ रही है और पहले अपने राहुल जी उनकी साइकिल पे बैठे थे, क्या हुआ था उनको, क्या फायदा हुआ था वहां बताओ? वहां जाकर के भी राहुल और मुलायम सिंह की पार्टी समाजवादी पार्टी ने मिलकर इलेक्शन लड़ा, क्या रिजल्ट रहा? और अब ये दोनों मायावती और ये आपस में कट्टर दुश्मन, और आपने देखा होगा लखनऊ के अंदर क्या सीन हुआ था, ये जनता समझती नहीं है कि मतलब एक दूसरे के कट्टर दुश्मन जानी दुश्मन आज सिर्फ सत्ता के लिए एकजुट हो रहे हैं, अपने आप को बचाने के लिए एकजुट हो रहे हैं। ये जनता समझदार है, भारत की जनता यूपी की जनता समझदार है और आप देखना 71 से प्लस हमारी भारतीय जनता पार्टी की सीटें यूपी में आने वाली है। ठीक है जी, समा क्योंकि तकरीबन अगे जाने देना। हां जी, लास्ट कमेंट। हां जी, सुरेंद्र जी के काल कंप्लीट कर लो के माध्यम से ये कह रहे हैं जी कट्टर दुश्मन, एक बात बताइए शिवसेना इनके लाइंस के अंदर है, पीडी की बात कर लो, वो सीधा सीधा बोलते हैं इनके ऊपर, इतना गंदा व्यवहार जो है जितना शिवसेना ने इनके साथ किया है 4 साल के अंदर, मैं नहीं समझता कि अगर मतलब इज्जत वाली पार्टी हो तो दोबारा उसके साथ गठबंधन करे। फिर भी ये वहां जाके अमित शाह जी इनके तलवे चाटते हैं। उसके अलावा जब अमित शाह जी जैसे नेता हैं, मान लो वो चैलेंज करते हैं वहां पे ममता दीदी को कि मैं आ रहा हूं जो करना कर लो, ये तो ऐसा होता है जैसे गली पे खड़ा हुआ कोई गुंडा बोल रहा है। तो इस तरह की बातें अगर करते हैं उसके बाद कुछ मान लो वहां से मूवमेंट होती है तो कह रहे जी मैं जान बचा करके भागा हूं, तो पहले जैसा बोगे वैसे ही तो काटोगे। पहले आप चैलेंज करके क्यों जा रहे हो? किस राजनीति में ये लिखा हुआ है कि आप चैलेंज करके जाओ? जब आप चैलेंज करके किसी को जा रहे हो, कोई भारतवर्ष में रह करके कोई अंग्रेजों को थोड़ी चैलेंज कर रहे हो आप। अगर मान लिया जाए कोई दूसरी सरकार वहां पे है किसी और पार्टी की है तो उसको इस नजरिए से देखना, उसको चैलेंज करके जाना, ये कहां की इंसानियत है? तो इस तरह की बातें होती है। निश्चित रूप से वहां कोई अदर विरोधी पार्टी कोई अपनी रैली नहीं निकाल सकती, अपना कोई सभा नहीं कर सकती। ये बात यार मैं तो कह रहा हूं हिंदुस्तान में पहली बार ऐसा हुआ,
कि आप किसी भी विरोधी को आप आने से रोकोगे तो ऐसे कैसे रोक लोगे आप जी, कोई भी कहेगा कि ठीक है आप रोको मैं आ रहा हूँ, उसमें क्या लोकतंत्र है भाई साहब? ममता कोई महामंता का राज नहीं है, 30 साल पहले कांग्रेस का शासन था, ममता कहेगी तो करके वो अपनी सत्ता में आई, ऐसा कुछ नहीं है, तो कोई ऐसा तो है नहीं ना कि जबरदस्ती उन्होंने कोई सत्ता देने की कोशिश की। ठीक है ठीक है, आजा मक्कड़ जी, देखो जी जैसे मेरे भाई ने अभी आरोप लगाया कि देखो कांग्रेस और मोदी जी को हराने के लिए कांग्रेस और आम आदमी पार्टी बिल्कुल एकजुट होने लगी और भी दूसरी पार्टी, देखिए कम से कम एक विचारधारा एक पॉइंट पर तो हम एक विचार रखते हैं कि देश में कम्युनल हार्मनी रखनी चाहिए और इस विचारधारा का समावेश होते हुए हम एक फ्रंट पर आने के लिए तैयार थे, ठीक है। लेकिन अगर बीजेपी की हम बात करें तो कश्मीर में पीडीपी जो कि बिल्कुल अलगाववादी नेताओं से भरी पड़ी है और उनका आइडियोलॉजी भी अलगाववादी है, उनके साथ इन्होंने सरकार बनाई, तो बताइए ये वो हम वहां चाहते थे स्थिर सरकार बने, मगर जब ये लगा ढाई साल में हटा दी, देश इतने नहीं है सूट करता था, हट गए ना तब सूट करता था, हमने ये विरोधी विचारधारा वाली पार्टी से गठबंधन करने के काम को समझो, अगर हम समान विचारों पर हमने 2 मिनट में मिनिमम प्रोग्राम में इकट्ठे हो सब गलत का वापस ले लिया, अगर ये बिल्कुल विपरीत विचारधारा वाली पार्टी से गठबंधन हो तो ये सही, हम बाद में अपने अपने को सूट करा हिंदुस्तान समर्थन, हम आजाद हिंदुस्तान के अंदर जी रहे हैं, हमें किसी की भी कोई देश के खिलाफत अगर कोई चल रही होगी तो हमें किसी का सहारा नहीं चाहिए, हमें किसी की सरकार नहीं चाहिए, हम खिलाफत करते हैं हमेशा कि जो हिंदुस्तान में रहेगा भाई वो चैनल के माध्यम से कहता हूँ, इतनी भ्रष्टाचारी पार्टी है बीजेपी, मान लो कोई भी नेता किसी भी पार्टी का हो वो पहले तो ये बताएंगे कि ये भ्रष्टाचारी है, ये जब वो इनकी पार्टी में आ जाए तो गंगा ना लेता, ठीक है ठीक, वो उसको अपना सदस्य बना लेते हैं, ऐसे बना लेते हैं जैसे गंगा ना लेते, बहुत सारे इनकी पार्टी में आते हैं, लास्ट कमेंट लगाएंगे इनका अपना अस्तित्व ही नहीं है, टिकट का लालच दिए मैं बता रहा हूँ ना सारे लालच दिए गए, कोई ऐसा लालच नहीं है जो दे दिया गया, अच्छा चलो नैतिक तरीके इस्तेमाल आगे भी करेंगे, अगर अब 10-20-25 सीटों से तो वो सारे कार्य करेंगे, जनता देखेगी लेकिन जब इतिहास आएगा आम आदमी पार्टी का नाम आग लगाने वालों में नहीं आग बुझाने वालों में लगाया। समा के इजाजत नहीं देता, मैं धन्यवाद करांगा सारे कैसा सुरेंद्र शर्मा जी, लास्ट 30 सेकंड के अपना मैसेज की देना चाहूंगा एग्जिट पोल। मैं ये कहना चाहना है कि भारत की जनता जो है उससे मैं यही अपना उनसे रिक्वेस्ट यही करना चाहता हूँ कि कांग्रेस ने 70 साल जो है वो देश की सेवा की है और देश को जब अंग्रेजों के टाइम में हमारा जो देश था वो स्वतंत्र नहीं था उसको स्वतंत्र कराया, और जो ये नई वाली पार्टी है ये कहते क्या किया, कुछ नहीं किया इन्होंने, अरे भाई देश के लिए कुर्बानियां दी हैं हमने, कुर्बानियां दी हैं तो आज भी हमारे सेंटिमेंटल अपने देश के साथ जुड़े हुए हैं, और निश्चित रूप से मैं मानता हूं कि जो फ्यूचर है वो जो भारत का फ्यूचर है वो कांग्रेस पार्टी के हाथ में ही है। ठीक 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 है जी, हाँ जी स्वामी जी लास्ट कमेंट 30 सेकंड के बीच। देखो जी एग्जिट पोल जो भी है ये विपक्षी जो भी कहता है सही है या गलत है, हम उस विषय पे नहीं है ना, हमें इसमें कोई ज्यादा हमें तो संतुष्टि है, हमें तो इससे ज्यादा की उम्मीद है क्योंकि हमने भारतीय जनता पार्टी ने नरेंद्र मोदी ने देश के लिए काम किया है, हमें उस जनता के ऊपर भरोसा है कि एग्जिट पोल से अच्छे बेहतर परिणाम 23 तारीख को आने वाले हैं। ठीक है हाँ जी बकर साहब, मैं तो ये कहूंगा जी ये जो एग्जिट पोल जो कंपनियां देती हैं इनमें ज्यादा ट्रांसपेरेंसी हो और इसकी मेथोडोलॉजी जो है आम जनता को बताई जाए, सब चैनल जो इनको सर्कुलेट करते हैं अपने हिसाब से उससे पहले उनको मेथोडोलॉजी समझा दी जाए कि ये मेथोडोलॉजी हमने इसको अडॉप्ट किया है इसलिए ये परिणाम आए। दूसरा क्या है कि मुझे पूर्ण विश्वास जनता का जो भी निर्णय होगा वो सर माथे पर, जनता सर्वोपरि है लोकतंत्र में, और लेकिन हम ये बात जरूर कहेंगे कि इन आंकड़ों पर मुझे विश्वास नहीं है, मैं ये मानता हूँ कि 200 के करीब तो जरूर आ सकती है एनडीए की, पर इससे ज्यादा आने की उम्मीद कतई नहीं है और उसके बाद जो होगा वो आप देखेंगे। ठीक है जी, बहुत बहुत धन्यवाद करेंगे सुरेंद्र शर्मा कांग्रेस तो और मुकेश स्वामी बीजेपी तो और अजय मक्कड़ साहब आम आदमी पार्टी तो, डिस्कशन चल रही थी एग्जिट पोल के बारे, उनकी एग्जिट पोल सच्चे होंगे या झूठे होंगे तो असल जिहड़ा हैगा 23 मई ही दसेगी, 23 मई नू ही पता लगेगा की रिजल्ट आते हैं, उस दिन तुम लाइव अपडेट्स अभी देते रहेंगे जोड़ते रहेंगे। अपने गेस्ट का फिर एक बार धनवाद करता सुरेंद्र शर्मा जी, बहुत बहुत धनवाद स्वामी जी, मक्कर साहब बहुत बहुत धनवाद जी, तुम देखते रहो जी संगत जी अकाल चैनल, वाहेगुरु जी का खालसा वाहेगुरु जी।
अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। बोला।